आप जी ने श्रवण कीता है, इस विच बाबा फरीद साहब जी ने दुनिया दी उस सच्चाई नू प्रगट कीता है कि जो हर घर विच और हर शरीर विच व्याप रही है। बाबा जी दे बचन अनुसार इस संसार विच मानो गुजी अग हर एक दे अंदर धुख रही है। इस अग नाल मनुख नू अपने जीवन दी कोई सूझ नहीं, कोई समझ नहीं, पर नाल बचन कीतो ने मेरे साईं ने, मेरे मुर्शद ने, मेरे परमात्मा ने कृपा कीती मेनू इस गुजी अग तो बचा के इस अंदर नू सड़न तो अपने नाम की बरकत नाल रख लिया। आओ इस अमृत बचन नू विचारन तो पहला आप जी बख्शो आशीष और उच्चारण करो जी सतनाम श्री वाहे गुरु जी, करो बख्शिश, फिर उच्चारण करो जी सतनाम श्री वाहे गुरु जी। बाबा फरीद साहब जी दे इस तीसरे श्लोक नू जदो असी विचारने आ सूक्ष्मताई दे नाल ते एक गल सामने प्रतख सानू को नजर आउंदी है कि जिसने अपने अंदर नू ढूंढिया, अपने अंदर नू खोजिया, उस नू ही पता लगा कि इस संसार दे अंदर कोई अग है। इस संसार विच कोई अगन है जेड़ी मानवता नू साड़ रही है, नहीं तां मनुख खुद सड़दा है। सड़दे हुए नू भी पता नहीं लगदा कि जिस पासे मैं तुरिया वां इह तां निरे भखदी कोई अग दे अंगियार ने। थोड़ा जा समझो बेनती नू। बाबा फरीद साहब ने अपनी रचना विच एक श्लोक होर कृपा करके बयान कीता है, पर उत्थे थोड़ा जा फर्क है। इत्थे बाबा जी ने गुजी अग कहा ते उत्थे प्रगट हुई अग कहा है। गुजी ते प्रगट अग दोनों शब्दों विच अंतर है। गुजी दा अर्थ है जेड़ी लुकवी है, जिस दा पता कोई नहीं पर है जरूर, ते प्रगट होई दा अर्थ है कि जिसनू संसार दे लोकां ने अपनियां अखां नाल देख लिया होवे। ते बाबा जी ने उस अग दी गल भी उदो कीती जदो आत्मक अवस्था दे शिखर ते पहुंचे ते अपनी जिंदगी दा अनुभव देंदे होए कहन लगे, फरीदा मैं जानिया दुख मुझ को, मैं समझदा सा इकला मैं दुखी हां, शायद मेरे घर दे विच दुख, मेरे घर दे विच कलेश। घर दा अर्थ इत्थे हिरदा कर भी कर लईए ते घर दा अर्थ आ संसार दे जीव जंत परिवार भी कर लईए। मैं समझदा सा शायद मेरे घर दे विच अग है, बाकी सारे लोग जेड़े ने वो सुख नाल, सकून नाल, शांति नाल,
ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੇ ਨੇ, ਪਰ ਕਹਿੰਦੇ ਜਿਸ ਵੇਲੇ ਆਤਮਕ ਅਵਸਥਾ ਦੇ ਸ਼ਿਖਰ ਤੇ ਪਹੁੰਚੇ ਤੇ ਉੱਚਿਆਂ ਉੱਠ ਕੇ ਝਾਤੀ ਮਾਰੀ ਇਸ ਸੰਸਾਰ ਨੂੰ ਤੇ ਫਿਰ ਸਮਝ ਪਈ ਕਿ ਇਕੱਲੇ ਮੇਰੇ ਘਰ ਵਿੱਚ ਅੱਗ ਹੀ ਨਹੀਂ, ਕੋਈ ਦੁਨੀਆਂ ਦਾ ਘਰ ਐਸਾ ਨਹੀਂ ਜਿਸ ਵਿੱਚ ਅੱਗ ਨਾ ਬਲਦੀ ਹੋਵੇ। ਬਾਬਾ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ ਕਿ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਹਰ ਘਰ ਦੇ ਵਿੱਚ ਅੱਗ ਬਲੀ ਹੋਈ ਹੈ। ਇਹ ਉਹਨਾਂ ਨੂੰ ਦਿਸਿਆ ਜਿਨ੍ਹਾਂ ਨੇ ਉੱਚਾ ਚੜ੍ਹ ਕੇ ਦੇਖਿਆ। ਹੁਣ ਉੱਚਾ ਚੜ੍ਹ ਕੇ ਅਰਥ ਹੈ ਕਿਤੇ ਪਹਾੜੀ ਤੇ ਨਹੀਂ, ਕਿਸੇ ਮਕਾਨ ਦੀ ਛੱਤ ਤੇ ਨਹੀਂ। ਉੱਚਾ ਚੜ੍ਹ ਕੇ ਦੇਖਣ ਦਾ ਭਾਵ ਸਿਰਫ ਇਤਨਾ ਹੈ ਕਿ ਜਦੋਂ ਆਪਣੀ ਆਤਮਕ ਅਵਸਥਾ ਨੂੰ ਉੱਚਿਆਂ ਕਰਕੇ, ਆਪਣੀ ਸੁਰਤ ਨੂੰ ਉੱਤਿਆਂ ਚੁੱਕ ਕੇ, ਆਪਣੀ ਮਤ ਨੂੰ ਉੱਚਿਆਂ ਕਰਕੇ ਝਾਤੀ ਮਾਰੀ ਤੇ ਮਨ ਨੇ ਸੋਚਿਆ ਇਹ ਦੁੱਖ ਕੱਲਾ ਤੇਰੇ ਘਰ ਵਿੱਚ ਨਹੀਂ, ਇਹ ਤਾਂ ਸਰਵ ਵਿਆਪੀ ਹੈ, ਜਿਸ ਨੂੰ ਤੂੰ ਦੇਖੇਗਾ ਉਹ ਹੀ ਤੈਨੂੰ ਦੁਖੀ ਮਿਲੇਗਾ। ਇੱਥੇ ਥੋੜਾ ਜਿਹਾ ਅਸੀਂ ਬਾਬਾ ਨਾਨਕ ਜੀ ਵੱਲ ਆਈਏ। ਮੈਂ ਆਰੰਭਤਾ ਕੀਤੀ ਹੈ ਕਿ ਜਿਸ ਨੇ ਆਤਮਕ ਜੀਵਨ ਦੀ ਉਚਾਈ ਨੂੰ ਛੂ ਲਿਆ ਉਹਨੂੰ ਸਮਝ ਪੈ ਗਈ ਵੀ ਦੁਨੀਆਂ ਦੁੱਖ ਹੈ, ਸੰਸਾਰ ਵਿੱਚ ਅੱਗ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਜਿਸ ਵੇਲੇ ਹਜ਼ੂਰ ਇਸ ਲੋਕਾਈ ਨੂੰ ਨਾਮ ਦਾਨ ਦੇਣ ਲਈ ਤੁਰੇ ਨੇ ਤੇ ਉਸ ਤੋਂ ਪਹਿਲਾਂ ਬਾਬਾ ਜੀ ਦੇ ਮੁੱਖ ਤੋਂ ਉਹਨਾਂ ਦੇ ਧਿਆਨ ਵਿੱਚ ਕੀ ਕੁਛ ਸੀ ਉਹਨੂੰ ਯਤਨ ਕੀਤਾ ਹੈ ਆਪਣੀ ਕਲਮ ਨਾਲ ਆਪਣੀ ਰਚਨਾ ਵਿੱਚ ਸਾਂਭਣ ਲਈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ, ਜੇ ਬਾਬਾ ਫਰੀਦ ਜੀ ਕਹਿੰਦੇ ਉੱਚਾ ਚੜ੍ਹ ਕੇ ਮੈਂ ਦੇਖਣਾ ਪਿਆ ਹਰ ਘਰ ਵਿੱਚ ਅੱਗ ਪਈ ਬਲਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਨੇ ਬਚਨ ਕਿਹਾ ਉਚਾਈ ਤੋਂ ਬਿਨਾਂ ਸੰਸਾਰ ਦੇ ਦੁੱਖ ਦਾ ਪਤਾ ਨਹੀਂ ਲੱਗਦਾ, ਤੇ ਸੱਚ ਹੈ ਉਚਾਈ ਤੋਂ ਬਿਨਾਂ ਸੰਸਾਰ ਦਾ ਦੁੱਖ ਵੀ ਵੰਡਾਇਆ ਨਹੀਂ ਜਾਂਦਾ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਉਹਨਾਂ ਬਚਨ ਕੀਤਾ, ਕਹਿੰਦੇ ਨੇ ਬਾਬਾ ਜੀ ਨੇ ਆਪ ਕਾਲ ਕਮਾਈ ਕੀਤੀ, ਉਹਨਾਂ ਨੇ ਤਾਂ ਤਪੱਸਿਆ ਦਾ ਵੀ ਜ਼ਿਕਰ ਕੀਤਾ ਹੈ। ਤੇ ਅਸੀਂ ਕਈ ਵਾਰੀ ਭਾਵੇਂ ਸ਼ਬਦ ਕਹਿ ਦਿੰਦੇ ਹਾਂ ਗੁਰੂ ਨੂੰ ਤਪੱਸਿਆ ਦੀ ਕੀ ਲੋੜ ਹੈ, ਗੁਰੂ ਨਾਨਕ ਸਾਹਿਬ ਤਾਂ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ। ਪਰ ਇੱਕ ਅਰਜ਼ ਕਰਾਂ, ਘਰ ਦੇ ਵਿਹੜੇ ਵਿੱਚ ਮਾਂ ਬੱਚੇ ਦੀ ਉਂਗਲ ਪਕੜ ਕੇ ਟਹਿਲਦੀ ਹੈ, ਚੇਤੇ ਰੱਖੋ ਉਸ ਮਾਂ ਨੂੰ ਟਹਿਲਣ ਦੀ ਕੀ ਜ਼ਰੂਰਤ, ਉਹਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਮੈਂ ਤੁਰਨਾ ਕਿਵੇਂ ਨੇ। ਬਸ ਉਸ ਬੱਚੇ ਦੀ ਉਂਗਲ ਪਕੜ ਕੇ ਤਾਂ ਘਰ ਦੇ ਆਂਗਨ ਵਿੱਚ ਵਿਹੜੇ ਵਿੱਚ ਟਹਿਰਦੀ ਹੈ ਕਿ ਮੇਰੇ ਤੁਰਨ ਦੇ ਨਾਲ ਮੇਰੇ ਬੱਚੇ ਨੂੰ ਤੁਰਨ ਦੀ ਜਾਚ ਆ ਜਾਏ। ਬੱਚੇ ਨੂੰ ਤੁਰਨ ਦਾ ਵੱਲ ਸਿਖਾਉਣ ਲਈ ਮਾਂ ਘਰ ਦੇ ਵਿਹੜੇ ਵਿੱਚ ਟਹਿਲੇਗੀ ਤੁਰੇਗੀ, ਤੇ ਗੁਰੂ ਭਗਤੀ ਸਾਧਨਾ ਸੇਵਾ ਕਰਦੇ ਨੇ ਇਸ ਕਰਕੇ ਕਿ ਜਿਹੜੇ ਸ਼ਿਸ਼ ਨੇ, ਜਿਹੜੇ ਚੇਲੇ ਨੇ, ਜਿਹੜੇ ਭਗਤ ਨੇ, ਜਿਹੜੇ ਸਿੱਖ ਨੇ, ਕੋਲ ਬੈਠਣ ਵਾਲਿਆਂ ਨੂੰ ਸਮਝ ਪੈ ਜਾਏ ਵੀ ਕਰਤਾਰ ਨੂੰ ਕਿਵੇਂ ਲਿਜਾਣਾ ਹੈ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ ਹੈ, ਕਹਿਣ ਲੱਗੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਅਗਲੀ ਤੁਕ ਹੈ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਉਹਨਾਂ ਨੇ ਆਪ ਅਰਾਧਨਾ ਕੀਤੀ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਜਿਨੀ ਦਿੱਠਾ ਤਿਨਾ ਲੈ ਛਡਾਏ, ਆਪ ਅਰਾਧਿਆ ਉਹਨਾਂ ਨੇ। ਇੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਰ ਤੁਕ ਆਪਾਂ ਉਸੇ ਤੇ ਆਉਣਾ, ਕਿੰਜ ਨਾ ਬੁੱਝਿਆ ਕਿੰਜ ਨਾ ਸੁੱਝਿਆ ਦੁਨੀਆਂ ਗੁੱਝੀ ਪਾਏ। ਅੱਗੇ ਗੁੱਝੀ ਦੇ ਅਰਥ ਮੈਂ ਜ਼ਰੂਰ ਕਰਨੇ ਚਾਹਾਂਗਾ। ਪਹਿਲਾਂ ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਉੱਚਾ ਉੱਠਿਆ ਅੱਗ ਦਾ ਉਹਨੂੰ ਹੀ ਪਤਾ ਹੈ, ਤੇ ਜਿਸ ਨੂੰ ਸਮਝ ਪੈ ਜਾਏ ਅੱਗ ਲੱਗੀਏ ਉਹ ਬੁਝਾਏਗਾ, ਬੁਝਾਉਣ ਦਾ ਯਤਨ ਵੀ ਕਰੇਗਾ। ਭਾਈ ਸਾਹਿਬ ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਅੱਗ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ। ਭਾਈ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣ ਆਈ। ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਹੁਣ ਅਗਲੀ ਤੁਕ ਹੈ, ਜਦੋਂ ਸੱਚਖੰਡ ਪਹਿਦਾ ਨੌਨਿਦ ਨਾਮ ਗਰੀਬੀ ਮਿਲ ਗਈ,
ਤੇ ਫਿਰ ਬਾਬਾ ਜੀ ਨੇ ਕੱਲਾ ਆਪਣਾ ਘਰ ਨਹੀਂ ਦੇਖਿਆ। ਜੇ ਫਰੀਦ ਸਾਹਿਬ ਕਹਿ ਰਹੇ ਨੇ ਕਿ ਦੁਨੀਆਂ ਗੁੱਜੀ ਭਾਏ ਤੇ ਗੁਰੂ ਨਾਨਕ ਸਾਹਿਬ ਉਸ ਸ਼ਿਖਰ ਤੋਂ ਉੱਪਰ ਉੱਪਰ ਪਹੁੰਚੇ ਹੋਏ ਨਿਰੰਕਾਰ ਕਾ ਸਾਕਾਰ ਰੂਪ, ਉਹਨਾਂ ਬਾਰੇ ਭਾਈ ਸਾਹਿਬ ਕਹਿੰਦੇ ਨੇ ਕਿ ਬਾਬਾ ਪਹਿਲਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ। ਅਗਲੇ ਬਚਨ ਨੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ਼ਾਏ, ਦੁਨੀਆਂ ਗੁੱਜੀ ਪਾਏ ਘਰ ਘਰ ਏਹਾ ਅੱਗ। ਹਜ਼ੂਰ ਬਾਰੇ ਕਹਿ ਰਹੇ ਨੇ ਬਾਬਾ ਪਹਿਲਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ਼ਾਏ, ਤੇ ਕੱਲੀ ਦੁਨੀਆਂ ਸੜਦੀ ਨੀ ਦਿਸੀ। ਇਹਦੇ ਸੜਨ ਦਾ ਕਾਰਨ ਕੀ ਸੀ? ਨਾਲ ਉਹ ਵੀ ਲੱਭ ਲਿਆ। ਕਹਿਣ ਲੱਗੇ ਇਹਦੇ ਸੜਨ ਦਾ ਪੁੱਜਣ ਦਾ ਇੱਕੋ ਕਾਰਨ ਹੈ ਕਿ ਬਾਝੋਂ ਗੁਰੂ ਗੁਬਾਰ ਹੈ, ਖੈ ਹੈ ਕਰਦੀ ਸੁਣੀ ਲੁਕਾਈ, ਦੁਨੀਆਂ ਗੁੱਜੀ ਪਾਏ ਖੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਟ ਬਣਾਇਆ, ਉਦਾਸੀ ਦੀ ਰੀਤ ਚਲਾਈ ਤੇ ਇਸ ਦੁਨੀਆਂ ਨੂੰ ਠਾਰਨ ਲਈ ਕਹਿਣ ਲੱਗੇ ਚੜਿਆ ਸੋਧਣ ਧਰਤ ਲੁਕਾਏ। ਮੈਂ ਫਿਰ ਬੇਨਤੀ ਕਰਾਂ ਕਿ ਉੱਚੇ ਉੱਠੇ ਤੇ ਦੁਨੀਆਂ ਦੀ ਅੱਗ ਦੀ ਸਮਝ ਪਈ। ਬਾਬਾ ਨਾਨਕ ਜੀ ਨੇ ਧਿਆਨ ਲਗਾ ਕੇ ਦੇਖਿਆ ਕਿ ਦੁਨੀਆਂ ਜਲ ਰਹੀ ਹੈ। ਆਪਾਂ ਕਹਾਂਗੇ ਇਹ ਤਾਂ ਬਚਨ ਭਾਈ ਗੁਰਦਾਸ ਜੀ ਨੇ, ਤੇ ਆਪ ਜੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਵੱਲ ਆਓ। ਹਜ਼ੂਰ ਕਿਰਪਾਲੂ ਜੀ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਕਿਹਾ, ਦੋ ਤਿੰਨ ਪ੍ਰਮਾਣ ਉਹਨਾਂ ਦੇ ਜ਼ਰੂਰ ਅਰਜ਼ ਕਰਨੇ ਚਾਹੁੰਦਾ। ਗੁੱਜੀ ਅੱਗ ਕਿਹੜੀ ਹੈ? ਭਾਵਾਂ ਦੇਖੋ, ਗੁੱਜੀ ਅੱਗ ਦਿਸਦੀ ਨਹੀਂ, ਪਰ ਜਦੋਂ ਥੋੜੀ ਜਿਹੀ ਹਵਾ ਮਿਲਦੀ ਏ ਤੇ ਇੱਕੋ ਦਮ ਗੁੱਜੀ ਅੱਗ ਬਲ ਕੇ ਪ੍ਰਗਟ ਹੋ ਜਾਂਦੀ ਹੈ। ਫਿਰ ਬੇਨਤੀ ਸਮਝਿਓ, ਕਈ ਵਾਰ ਅਸੀਂ ਧਰਮ ਦੀ ਗੱਲ ਕਰਨੇ ਆ ਤੇ ਸਾਡੇ ਚਿਹਰੇ, ਸਾਡੇ ਬਾਣੀ, ਸਾਡੇ ਸ਼ਬਦ, ਸਾਡੇ ਬੋਲਣ ਦਾ ਢੰਗ ਦੇਖ ਕੇ ਦੁਨੀਆਂ ਸੋਚੇਗੀ ਸ਼ਾਇਦ ਇਹਦੇ ਅੰਦਰ ਵਕਾਰਾਂ ਦੀ ਕੋਈ ਤਪਸ਼ ਨਹੀਂ। ਪਰ ਨਹੀਂ, ਅੰਦਰ ਕਿਸੇ ਖਾਨੇ ਵਿੱਚ ਗੁੱਜੀਆਂ ਅੱਗ ਦੀਆਂ ਚਿਣਗਾਂ ਪਈਆਂ ਨੇ। ਚਿਣਗ ਗੁੱਜੀ ਹੈ, ਜਿੱਦਣ ਹਵਾ ਮਿਲ ਗਈ ਤੇ ਭਾਂਬੜ ਬਣ ਜਾਏਗੀ। ਅੰਦਰ ਦੀਆਂ ਪਈਆਂ ਹੋਈਆਂ ਚਿਣਗਾਂ ਜਿੱਦਣ ਕੁਛ ਅੰਗਰ ਦੀ ਹਵਾ ਚੱਲ ਗਈ, ਇੱਕੋ ਦਮ ਭਾਂਬੜ ਬਣ ਕੇ ਬਾਹਰ ਆ ਜਾਂਦੀਆਂ ਨੇ। ਜੇ ਚਿਣਗ ਹੈ ਤਾਂ ਭਾਂਬੜ ਬਣਿਆ, ਜੇ ਅੱਗ ਨਹੀਂ ਜਿਤਨੀ ਮਰਜ਼ੀ ਇੱਥੇ ਹਵਾ ਬਾਹਰ ਚੱਲੀ ਜਾਏ, ਆ ਬਾਹਰ ਰੁੱਖਾਂ ਦੇ ਨਾਲ ਹਵਾ ਸਹਿ ਕੇ ਨਿਕਲਦੀ ਏ, ਪਰ ਕਿਸੇ ਰੁੱਖ ਨੂੰ ਅੱਗ ਨਹੀਂ, ਜ਼ਮੀਨ ਦੇ ਉੱਤੇ ਅੱਗ ਦਾ ਭਾਂਬੜ ਨਹੀਂ। ਭਾਂਬੜ ਬਣਦੇ ਹੀ ਤਾਂ ਨੇ ਜੇ ਚਿੰਗਾਰੀਆਂ ਪਈਆਂ ਹੋਣ, ਜੇ ਚਿਣਗ ਨਾ ਹੋਵੇ ਤੇ ਭਾਂਬੜ ਨਹੀਂ ਬਣਦਾ। ਤੇ ਪਿਆਰਿਓ, ਅੰਦਰੋਂ ਬੰਦਾ ਜੇ ਵਕਾਰਾਂ ਵਿੱਚ ਕਿਤੇ ਡਿੱਗਾ ਹੋਵੇ, ਬਾਹਰੋਂ ਭੇਖ ਬਣਾਈ ਜਾਏ, ਜਿੱਦਣ ਕੁਸੰਗ ਦੀ ਹਵਾ ਚੱਲੀ, ਇੱਕੋ ਦਮ ਨਿੱਕੀਆਂ ਚਿੰਗਾਰੀਆਂ ਵੀ ਖਵਸ਼ ਦਾ ਭਾਂਬੜ ਬਣ ਜਾਂਦੀਆਂ, ਕਿਉਂਕਿ ਗੁੱਜੀ ਹੈ, ਦਿਸਦੀ ਨਹੀਂ ਪਰ ਹੈ ਜ਼ਰੂਰ। ਇਹ ਮਤ ਕੁਛ ਸੋਚੇ ਕਿ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੈ ਨਹੀਂ। ਗੁੱਜੀ ਅੱਗ, ਬਾਬਾ ਜੀ ਨੇ ਜਿਹੜਾ ਸ਼ਬਦ ਵਰਤਿਆ, ਇਹਨੇ ਕਈ ਵਾਰੀ ਸੋਚਣ ਤੇ ਮਜਬੂਰ ਕੀਤਾ। ਗੁੱਜੀ ਅੱਗ ਜਿਹੜੀ ਦਿਸੇ ਨਾ ਪਰ ਹੈ, ਹਵਾ ਮਿਲੇ ਤੇ ਭਾਂਬੜ ਬਲ। ਬਾਬਾ ਨਾਨਕ ਜੀ ਨੇ ਤਾਂ ਪ੍ਰਤੱਖ ਸ਼ਬਦ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਇਸ ਮਨੁੱਖੀ ਸਰੀਰ ਦੇ ਵਿੱਚ ਕਈ ਸ਼ਬਦ ਬਾਬਾ ਜੀ ਨੇ ਵਰਤੇ, ਮੈਂ ਪੰਜ ਚਾਰ ਪ੍ਰਮਾਣ ਬਾਣੀ ਵਿੱਚੋਂ ਇਕੱਠੇ ਕੀਤੇ ਨੇ ਆਪ ਸੰਗਤ ਦੀ ਸੇਵਾ ਲਈ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ ਕਿ ਜਿਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ, ਰੋਜ਼ ਤੁਸੀਂ ਪੜ੍ਹਦੇ ਹੋ, ਕਹਿਣ ਲੱਗੇ ਇਹ ਸੰਸਾਰ ਪਰਮਾਤਮਾ ਨੇ ਇੱਕ ਸਰੋਵਰ ਬਣਾਇਆ ਹੈ। ਪਰ ਕਹਿਣ ਲੱਗੇ ਫਰਕ ਇੰਨਾ ਹੈ ਕਿ ਆਮ ਸਰੋਵਰ ਦੇ ਕਿਨਾਰੇ ਕੋਈ ਜਾਂਦਾ ਹੈ ਤੇ ਉਸ ਦੇ ਵਿੱਚ ਝਾਤੀ ਮਾਰੇ ਤੇ ਸਰੋਵਰ ਵਿੱਚੋਂ ਪਾਣੀ ਦੀਆਂ ਤਰੰਗਾਂ, ਪਾਣੀ ਦੀਆਂ ਲਹਿਰਾਂ ਉੱਠਦੀਆਂ ਹੋਈਆਂ ਪ੍ਰਤੀਤ ਹੋਣਗੀਆਂ। ਪਰ ਕਹਿੰਦੇ ਜਦੋਂ ਇਸ ਸੰਸਾਰ ਸਰੋਵਰ ਦੇ ਨੇੜੇ ਹੋ ਕੇ ਝਾਤੀ ਮਾਰੀ, ਇੱਥੇ ਹਕੀਕਤ ਵਿੱਚ ਪਾਣੀ ਦੀਆਂ ਲਹਿਰਾਂ ਨਹੀਂ, ਇੱਥੇ ਅੱਗ ਦੀਆਂ ਲਹਿਰਾਂ ਸਨ ਤੇ ਅਨੇਕਾਂ ਲੋਕ ਇਸ ਅੱਗ ਦੀਆਂ ਲਹਿਰਾਂ ਵਿੱਚ ਸੜ ਰਹੇ ਸਨ। ਗੁੱਜੀ ਪਾਹੇ, ਬਾਬਾ ਜੀ ਦਾ ਬਚਨ ਹੈ, ਤਿਤ ਸਰਵਰਣ ਹੈ ਪਹਿਲੇ ਨਿਵਾਸਾਂ, ਜਿੱਥੇ ਸਾਡਾ ਨਿਵਾਸ ਹੈ ਇੱਕ ਸਰੋਵਰ ਹੈ। ਸਰਵਰੜੇ ਦਾ ਅਖਰੀ ਅਰਥ ਸਰੋਵਰ ਹੈ। ਤਿਤ ਸਰਵਰੜੇ ਪਹਿਲੇ ਨਿਵਾਸਾਂ, ਪਰ ਪਿਆਰਿਓ ਪਾਣੀ ਪਾਵਕ ਤਿਨਾਂ ਕੀ ਆ, ਦੁਨੀਆਂ ਗੁੱਜੀ ਪਾਹੇ। ਜਿਨ੍ਹਾਂ ਲਹਿਰਾਂ ਨੂੰ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਸਾਨੂੰ ਸਕੂਨ ਦੇਣਗੀਆਂ, ਬਾਬਾ ਜੀ ਕਹਿੰਦੇ ਨਹੀਂ, ਅਸਲ ਵਿੱਚ ਇਹ ਅੱਗ ਹੈ, ਅੰਦਰ ਨੂੰ ਸਾੜੇਗੀ।
तित सरवरड़े पहले निवासा पानी पावक तिने किया। बाबा जी कहने पंख जुमो पग नहीं चल रहे, हम देखा तह डूब जाने। कहने मोह का चिकड़ है, अग दिया लहर ने, किसी होर का अनुभव नहीं। बाबा नानक जी कहने मैं अपनिया अखा न देख, लोग जितना मर्जी कही जान सानू वकारा की लेप शेप नहीं, मैं अपनिया अखा न लोग सरदे भी देखे ने, ते इस चिकड़ दलदल विच डुबदे भी देखे ने। प्यारियो यह संसार दावा नहीं कदी करना चाहिए। बंदा अंतला सुवास जिदन चार भरा मोढ़िया ते चुक लैन, उदन समझो किते गल सिरे लग गई, नहीं ते दावा करदा। मैं अज हजूर दे दखने विच एक बचन पढ़िया, साहब ने कहा कि है जीवन की पगडंडी ते तुरदे हुए इंसान संभल संभल के पैर रखी, किसी भी चीज का मान ना करी। जे तेन परमात्मा ने धन दिता है ते जीवन की पगडंडी ते चलन वालिया, इस धन का मान ना करी। जे तेन परमात्मा ने तालीम विद्या ते अकल लतीब दिती है ते अपनी अकल का विद्या का अपने ज्ञान का मान ना करी। जे तेन परमात्मा ने शरीर का सुहापन सुंदरता दिती है ते जीवन की पगडंडी ते चलन वालिया, एदा भी मान ना करी। ते बाबा जी क्यों कह लगे, जे मान लिया जाए तू 99 कदम सही पट्टे ने इस पगडंडी ते, ते एक कदम भी तेरा तिलक गया, पैर तिलकन दी देर है जमीन ते डिगेगा, ते चेते रखी उस जीव डिगण दी देर है, 99 कदम भी कलंकत हो जाएंगे। एक बारी डिगा होया तेरे कपड़े सारे चिकड़ दे छिटिया पहे जाएंगे, क्योंकि गुजी पाए है। हजूर दे बचन तुसी पढ़दे हो, कुरिए कुरिए वहिंदिया, ऐ पगडंडी ते चलते हुए इंसान, तल गाड़ा नहरेर, तेरे पैरां दे थले चिकड़ है, तेरे पैरां दे थले दलदल है। जेड़ा कदम सुरक्षित पटिया जाए ते रब दा शुक्र करी, क्योंकि अगले कदम दा कोई भरोसा नहीं, इत्थे किसे फिसल जाना है। कुरिए कुरिए वहिंदिया, तल गाड़ा नहरेर, वेखे चिट्टड़ चीम दे जाम खिसंदो, फिर जिन्हां लोकां दे पैर खिस गए, कहने मैं देखे उन्हां दे तन दे जामे जिहड़े ने चिक्कड़ नाल भरे गए। यही कारण कई वारी असीं देखने आ, सारी जिंदगी धर्म कमाण वाले बंदे जदो किसी दे वकारां विच खच धोण दी खबर सुनने आ ते मन डर जांदा है। हकीकत विच उहदे अंदर चिलंग सी, अग नूं दबा के बैठा सी, हवा लगन दी देर सी, उह भांबड़ बल गया सी। हजूर ने मेहर कीती जिहड़ी मैं बेनती कर रहा, कहन लगे मैं लोकां दी सुनी गल नहीं कह रहा। बाबा नानक जी कहिंदे ने मैं अपने नेत्रां नाल देखिया है कि दुनिया किवें सड़ रही है। बाबा फरीद जी कहिंदे दुनिया गुजी पाए, ते गुरु नानक साहिब बेर पै करदे ने तित सरवरड़ै पहिले निवासा पानी पावक तिन्हें किया, पंख जुमो पग नहीं चाल है, हम देखा तै डूब यले, मन एक न चेत समूड मना, हर बिसरत तेरे गुण गलिया। रब नूं भलिया, रब की याद विसार दिती, तेरे गुण गल गए। हुण इस तों अगे फिर चलिए कि सतगुरु, ये तां सिद्धी दी गल हो गई कि तुसी एक अलंकार एक उदाहरण दे दिती, अलंकार बनिया भी संसार सरोवर ते इहदे विच अग दीआं लहरां ने। किवें पता लगे कि बंदे दे अंदर नूं अग लगी है, बाहर उहदे कपड़े सोहणे ने, उहदा भोजन उहदी खुराक उहदा घर बड़ा चंगा है, ते आप जी कह रहे हो नहीं ये संसार अग दीआं लहरां है। ते मेरे बाबा जी ने दूसरा इत्थे प्रमाण दिता है, धन गुरु नानक साहिब कृपालू जी दा, कहन लगे प्यारिया आ शरीर आ तन इहदे विच सच जान पंज वकारां दी अग लगी है, ये गुच्ची पाए। ते मैं बेनती करा जिहड़ी आरंभ च कीती है, रब मेहर करे इस अग दीआं चिंगारियां नूं खत्म करे। जिन्नी देर तक गुजी अग बलदी रहेगी, जितना कोई खट करके दबा के वासना नूं रख दे, कई वारी इतना वड्डा ओ करूर कोई समय तो बाद बन जांदा है। जां तां दाता शब्द दी कमाई दे, गुरु मेहर करे जिहदे नाल इस अग दीआं चिंगारियां बुझ जाण। जे बदलां दे थले
ਵਾਹਿਗੁਰੂ ਸੂਰਜ ਬੱਦਲਾਂ ਦੇ ਓਹਲੇ ਹੋ ਗਿਆ ਤੇ ਇਹਦਾ ਭਾਵ ਇਹ ਨਹੀਂ ਕਿ ਸੂਰਜ ਖਤਮ ਹੋ ਗਿਆ। ਕਾਲੀ ਘਟਾ ਚੜੀ ਏ ਤੇ ਅੰਧਕਾਰ ਹੋਇਆ ਪਰ ਬੱਦਲਾਂ ਦੇ ਓਹਲੇ ਹੋਏ ਸੂਰਜ ਨੂੰ ਮਤ ਸਮਝੀ ਸੂਰਜ ਖਤਮ ਹੋਇਆ। ਬੱਦਲ ਜਦੋਂ ਚਲੇ ਗਏ ਸੂਰਜ ਦੀਆਂ ਕਿਰਨਾਂ ਫਿਰ ਧਰਤੀ ਤੇ ਪੈਣਗੀਆਂ। ਜੇ ਮਾਨੋ ਕਿ ਇੱਕ ਬੀਜ ਦੇ ਵਿੱਚ ਅੰਕੁਰ ਹੈ ਤੇ ਉਹਦੇ ਬਾਹਰ ਵਾਲੇ ਖੋਲ ਨੂੰ ਸੁੱਕੇ ਹੋਏ ਨੂੰ ਦੇਖ ਕੇ ਮਤ ਸੋਚ ਕਿ ਇਹਦੇ ਵਿੱਚ ਅੰਕੁਰ ਨਹੀਂ ਬੀਜ ਸੁੱਕਾ ਹੈ। ਜਿੱਦਣ ਧਰਤੀ ਵੱਤਰਦੀ ਮਿਲ ਗਈ ਉਦਣ ਸੁੱਕੇ ਬੀਜ ਵਿੱਚੋਂ ਵੀ ਰੁੱਖ ਨਿਕਲ ਆਉਂਦੇ ਹੁੰਦੇ। ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ, ਕਈ ਵਾਰੀ ਸਾਨੂੰ ਭੁਲੇਖਾ ਪੈਂਦਾ, ਥੋੜ ਚਿਰਾ ਬੱਦਲ ਸਾਹਮਣੇ ਆਉਂਦਾ ਤੇ ਅਸੀਂ ਸਮਝਦੇ ਹਾਂ ਸ਼ਾਇਦ ਮੇਰੇ ਅੰਦਰੋਂ ਵਕਾਰਾਂ ਦੀ ਕਿਰਨ ਚਲੀ ਗਈ। ਅਸੀਂ ਸਮਝਦੇ ਹਾਂ ਸ਼ਾਇਦ ਕਈ ਦਿਨ ਹੋ ਗਏ ਨੇ ਕੋਈ ਪੁਰਨਾ ਨਹੀਂ ਉੱਠਿਆ। ਕਣਕ ਦਾ ਬੀਜ ਸੁਕਾ ਕੇ ਜ਼ਿਮੀਦਾਰ ਨੇ ਰੱਖਿਆ ਹੈ, ਪਰ ਚੇਤੇ ਰੱਖੇ ਸੁੱਕੇ ਬੀਜ ਨੂੰ ਵੀ ਜਿੱਦਣ ਜ਼ਮੀਨ ਮਿਲੀ ਉਹਦੇ ਵਿੱਚੋਂ ਪੇਡੇ ਪੈਦਾ ਹੋ ਜਾਂਦੇ, ਉਹਦੇ ਵਿੱਚ ਅੰਕੁਰ, ਉਹਦੇ ਵਿੱਚ ਬੀਜ ਵਿੱਚ ਪੇਡਾ ਪੈਦਾ ਕਰਨ ਦੀ ਸਮਰੱਥਾ ਹੈ। ਇਸੇ ਤਰ੍ਹਾਂ ਇਸ ਦਿਲ ਦੇ ਕੋਨੇ ਵਿੱਚ ਗੁੱਝੇ ਵਕਾਰਾਂ ਦੇ ਫੁਰਨੇ ਪਏ ਨੇ, ਕ੍ਰੋਧ ਦਾ ਫੁਰਨਾ ਪਿਆ, ਕਾਮ ਦਾ ਪਿਆ, ਲੋਭ ਦਾ ਪਿਆ ਹੈ। ਹਜ਼ੂਰ ਕਹਿੰਦੇ ਇਸ ਗੁੱਝੀ ਅੱਗ ਨੂੰ ਬੰਦਾ ਦਬਾ ਕੇ ਬੈਠਾ, ਜਿੱਦਣ ਝੱਖੜ ਚੱਲਿਆ ਉਦਣ ਇਹ ਜ਼ਰੂਰ ਅੱਗ ਭੜਕੇਗੀ। ਇੱਥੇ ਇੱਕ ਉਦਾਹਰਨ ਹੋਰ ਮੈਂ ਅਰਜ਼ ਕਰਾਂ, ਫਿਰ ਆਉਣਾ ਬਾਬਾ ਜੀ ਦੀ ਬਾਣੀ ਵੱਲ। ਕਈ ਵਾਰੀ ਮਨ ਸੋਚਦਾ ਸ਼ਾਇਦ ਟਿਕ ਗਏ। ਆਪ ਜਿਹੜੇ ਬਾਣੀ ਪੜ੍ਹਨ ਵਾਲੇ ਹੋ, ਸਿਮਰਨ ਕਰਨ ਵਾਲੇ ਹੋ, ਕਿਤੇ ਖਿਣ ਮਾਤਰ ਟਿਕ ਜਾਏ। ਵੈਸੇ ਤਾਂ ਟਿਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਤਨਾ ਮਰਜ਼ੀ ਕੋਈ ਕਹੀ ਜਾਏ। ਗੁਰਮੁਖੋ, ਮੈਂ ਕਈ ਵਾਰੀ ਬੇਨਤੀ ਕਰਨਾ, ਦੋ ਚੀਜ਼ਾਂ ਹਮੇਸ਼ਾ ਵਰਤਮਾਨ ਵਿੱਚ ਬੰਦੇ ਦੇ ਨਾਲ ਰਹਿੰਦੀਆਂ ਨੇ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਇੱਕ ਵਰਤਮਾਨ ਵਿੱਚ ਨਹੀਂ ਰਹਿੰਦਾ। ਜਿਸ ਦਿਨ ਉਹ ਵਰਤਮਾਨ ਵਿੱਚ ਆ ਗਿਆ ਉਸ ਦਿਨ ਪੂਰਨ ਇੱਕ ਚਿੱਤ ਇੱਕ ਮਨ ਦੀ ਇਕਾਗਰਤਾ ਹੈ। ਵਰਤਮਾਨ ਵਿੱਚ ਇਨਸਾਨ ਦੇ ਸਵਾਸ ਰਹਿੰਦੇ ਨੇ, ਵਰਤਮਾਨ ਵਿੱਚ ਇਨਸਾਨ ਦਾ ਸਰੀਰ ਰਹਿੰਦਾ ਹੈ। ਜਿੱਥੇ ਆਪਾਂ ਜਾਵਾਂਗੇ ਸਰੀਰ ਸਾਡੇ ਨਾਲ ਜਾਏਗਾ। ਜੇ ਕੰਮ ਤੇ ਗਏ ਹਾਂ ਕਦੀ ਇਹ ਨਹੀਂ ਕਹਾਂਗੇ ਮੈਂ ਕੰਮ ਤੇ ਚੱਲਿਆ ਤੇ ਸਰੀਰ ਮੇਰਾ ਘਰ ਤੇ ਆ ਗਿਆ। ਜੇ ਬਾਜ਼ਾਰ ਵਿੱਚ ਗਏ ਹਾਂ ਤੇ ਕਦੀ ਨਹੀਂ ਕਹਾਂਗੇ ਕਿ ਮੈਂ ਸਰੀਰ ਨੂੰ ਆਰਾਮ ਦੇ ਦਿਆਂ ਤੇ ਆਪ ਬਾਜ਼ਾਰ ਵਿੱਚ ਹੋਵਾਂ। ਜਿੱਥੇ ਆਪੇ ਨੇ ਜਾਣਾ ਹੈ ਉੱਥੇ ਸਰੀਰ ਕੁਦਰਤੀ ਤੌਰ ਤੇ ਜਿੰਦੇ ਜਾਏਗਾ। ਸਰੀਰ ਹਮੇਸ਼ਾ ਬੰਦੇ ਦੇ ਵਰਤਮਾਨ ਵਿੱਚ ਰਹਿੰਦਾ, ਚਾਹੇ ਦੁੱਖ ਵਿੱਚ ਸੁੱਖ ਵਿੱਚ, ਦੇਸ਼ ਵਿੱਚ ਪ੍ਰਦੇਸ਼ ਵਿੱਚ, ਘਰ ਹੋਵੇ ਜਾਂ ਬਾਹਰ ਹੋਵੇ, ਗੁਰਦੁਆਰੇ ਹੋਵੇ, ਚਾਹੇ ਕਿਤੇ ਕੰਮ ਤੇ ਹੋਵੇ, ਸਰੀਰ ਹਮੇਸ਼ਾ ਵਰਤਮਾਨ ਵਿੱਚ ਰਹਿੰਦਾ। ਤੇ ਦੂਸਰੇ ਵਰਤਮਾਨ ਵਿੱਚ ਰਹਿੰਦੇ ਨੇ ਸਾਡੇ ਸਵਾਸ। ਜਿੱਥੇ ਅਸੀਂ ਜਾਣਗੇ ਸਵਾਸ ਨਾਲ ਜਾਣਗੇ, ਕਦੀ ਵੀ ਨਹੀਂ ਇਹ ਕਹਾਂਗੇ ਵੀ ਸਰੀਰ ਮੇਰਾ ਇੱਥੇ ਤੇ ਸਵਾਸ ਮੇਰੇ ਦੂਸਰੀ ਥਾਂ। ਜਿੱਥੇ ਸਰੀਰ ਹੈ, ਜਿਸ ਹਾਲਤ ਵਿੱਚ ਸਰੀਰ ਹੈ, ਸਵਾਸ ਉਸੇ ਹਾਲਤ ਵਿੱਚ ਸਰੀਰ ਦੇ ਜਿੰਦੇ ਜੀ ਨਾਲ ਚੱਲਣਗੇ। ਸਰੀਰ ਵੀ ਵਰਤਮਾਨ ਵਿੱਚ ਰਹਿੰਦਾ, ਸਵਾਸ ਵੀ ਵਰਤਮਾਨ ਚ ਰਹਿੰਦੇ ਨੇ। ਜੇ ਵਰਤਮਾਨ ਚ ਨਹੀਂ ਰਹਿੰਦਾ ਤੇ ਬੰਦੇ ਦਾ ਮਨ ਨਹੀਂ ਰਹਿੰਦਾ, ਜਾਂ ਇਹ ਆਉਣ ਵਾਲੇ ਦਿਨਾਂ ਨੂੰ ਸੋਚਦਾ ਜਾਂ ਬੀਤੇ ਹੋਏ ਦਾ ਝੋਰਾ ਪੱਲੇ ਲੈ ਕੇ ਬੈਠ ਜਾਂਦਾ। ਇਹ ਇਨਸਾਨ ਜਿਸ ਦਿਨ ਤੇਰੇ ਸਵਾਸਾਂ ਦੇ ਵਰਤਮਾਨ ਵਿੱਚ, ਸਰੀਰ ਦੇ ਵਰਤਮਾਨ ਵਿੱਚ ਤੇਰਾ ਮਨ ਵੀ ਵਰਤਮਾਨ ਵਿੱਚ ਆ ਗਿਆ, ਉਸ ਦਿਨ ਤੇਰੀ ਪੂਰਨੀ ਇਕਾਗਰਤਾ ਹੈ। ਤੇ ਚੋਖਾ ਵਾਹਿਗੁਰੂ ਕਹਿਣ ਦੀ ਥਾਂ ਪੂਰਨੀ ਇਕਾਗਰਤਾ ਨਾਲ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਤੇ ਤੇਰੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾ ਸਕਦੇ। ਇਸੇ ਨੂੰ ਬਾਬਾ ਜੀ ਨੇ ਕਿਹਾ ਏਕ ਚਿੱਤ ਜੈ ਇੱਕ ਛਿਨ ਧਿਆਇਓ। ਸਵਾਸ ਵਰਤਮਾਨ ਵਿੱਚ, ਸਰੀਰ ਵਰਤਮਾਨ ਵਿੱਚ, ਪਰ ਮਨ ਵਰਤਮਾਨ ਵਿੱਚ ਨਹੀਂ। ਜਿੱਦਣ ਇਹ ਤਿੰਨੇ ਇੱਕ ਕਤਾਰ ਵਿੱਚ ਆ ਗਏ ਤੇ ਬਾਬਾ ਜੀ ਨੇ ਫਿਰ ਬਾਣੀ ਵਿੱਚ ਕਿਹਾ, ਹਜ਼ੂਰ ਨੇ ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮੈਂ ਜਿਹੜੀ ਬੇਨਤੀ ਕਰ ਰਿਹਾ ਬਾਬਾ ਜੀ ਕਿ ਆਪਨੇ ਕਹਿ ਦਿੱਤਾ ਸੰਸਾਰ ਸਰੋਵਰ ਹੈ। ਫਰੀਦ ਸਾਹਿਬ ਬਾਬਾ ਜੀ ਕਹਿ ਰਹੇ ਨੇ ਦੁਨੀਆਂ ਗੁੱਝੀ ਪਾਏ। ਭਾਈ ਗੁਰਦਾਸ ਕਹਿੰਦੇ ਨੇ ਜਲਤੀ ਸਾ ਪ੍ਰਿਥਵੀ ਦਿਸ ਆਈ। ਆਪ ਜੀ ਰਚਨਾ ਆਪਣੇ ਮੁਖਾਰ ਬਿੰਦ ਤੋਂ ਕਹਿ ਰਹੇ ਹੋ ਕਿ ਤਿਤ ਸਰਵਰੜੈ ਭਾਈ ਨੇ ਵਿਵਾਸਾ। ਪਾਣੀ ਪਾਵਕ ਕਹਿੰਦੇ ਕੀ ਆ, ਸਾਨੂੰ ਹੋਰ ਸੂਖਸ਼ਮਤਾ ਨਾਲ ਸਮਝਾਓ ਕਿ ਕਿਹੜੀ ਅੱਗ ਹੈ। ਫਿਰ ਹਜ਼ੂਰ ਨੇ ਜਿੱਥੇ ਸਰੋਵਰ ਦਾ ਪ੍ਰਮਾਣ ਲਿਆ ਉੱਥੇ ਇੱਕ ਪ੍ਰਮਾਣ ਹੋਰ ਲਿਆ। ਮੈਂ ਜਿਹੜੀ ਗੱਲ ਵਿੱਚ ਕਰਨੀ ਚਾਹੁੰਦਾ ਸਾਂ,
ਕਈ ਵਾਰੀ ਸੋਚਨੇ ਆ ਮਨ ਮਰ ਗਿਆ ਹੈ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਹਿੰਦੁਸਤਾਨ ਵਿੱਚ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਆਪ ਜਿਸ ਜ਼ਮੀਨ ਤੋਂ ਆਏ ਹੋ ਉੱਥੇ ਕਦੀ ਜਨਵਰੀ ਇਉਂ ਕਹਿ ਲਈਏ ਪੋਹ ਦੇ ਮਹੀਨੇ ਵਿੱਚ ਤੁਸੀਂ ਡੱਡੂ ਬੋਲਦੇ ਹੋਏ ਨਹੀਂ ਦੇਖੇ। ਦੁਨੀਆ ਗੁੱਜੀ ਪਾਏਗੀ ਹੈ, ਕਦੀ ਪੋਹ ਵਿੱਚ ਡੱਡੂ ਨਹੀਂ ਬੋਲਣਗੇ, ਕਦੀ ਆਪ ਦੇਖੋਗੇ ਜੇਠ ਦੇ ਮਹੀਨੇ ਵਿੱਚ ਮੇਂਢਕ ਨਹੀਂ ਬੋਲਣਗੇ, ਕਦੀ ਮਾਘ ਤੇ ਚੇਤ ਫੱਗਣ ਦੇ ਮਹੀਨੇ ਵਿੱਚ ਨਹੀਂ ਬੋਲਣਗੇ, ਤੇ ਕੀ ਪੋਹ ਦੇ ਮਹੀਨੇ ਵਿੱਚ ਡੱਡੂਆਂ ਦੀ ਆਵਾਜ਼ ਨਾ ਆਉਣਾ ਇਸ ਚੀਜ਼ ਦੀ ਪ੍ਰਤੀਕ ਹੈ ਕਿ ਇਸ ਧਰਤੀ ਤੇ ਡੱਡੂਆਂ ਦੀ ਮੌਤ ਹੋ ਚੁੱਕੀ ਹੈ। ਕੀ ਸਾਲ ਦੇ 9 ਮਹੀਨੇ 10 ਮਹੀਨੇ ਮੇਂਢਕ ਨਹੀਂ ਬੋਲਦਾ, ਤੇ ਇਹਦਾ ਭਾਵ ਕੀ ਕਿ ਉਸ ਧਰਤੀ ਤੇ ਮੇਂਢਕਾਂ ਦਾ ਖਾਤਮਾ ਹੋ ਚੁੱਕਾ? ਨਹੀਂ, ਮੇਂਢਕ ਤਾਂ ਉਹਨਾਂ ਮਹੀਨਿਆਂ ਵਿੱਚ ਵੀ ਜਿਉਂਦੇ ਨੇ ਪਰ ਬੋਲਦੇ ਇਸ ਕਰਕੇ ਨਹੀਂ, ਮੌਸਮ ਨਹੀਂ ਆਇਆ ਤੇ ਚਾਰ ਛਿੱਟਾਂ ਪਾਣੀ ਦੀਆਂ ਨਹੀਂ ਪਈਆਂ, ਜਿਸ ਦਿਨ ਸੌਣ ਵਰਸਿਆ ਕਹਿਣ ਦੀ ਲੋੜ ਨਹੀਂ, ਜਿਹੜੇ ਜ਼ਮੀਨ ਵਿੱਚ ਲੁਕੇ ਨੇ ਉਹ ਆ ਕੇ ਸਰੋਵਰਾਂ ਦੇ ਟੋਬਿਆਂ ਦੇ ਛੱਪੜਾਂ ਦੇ ਕਿਨਾਰਿਆਂ ਤੇ ਗਰੁੜਾਣਗੇ। ਮਨੁੱਖੀ ਮਨ ਦੀਆਂ ਵਾਸ਼ਨਾਵਾਂ ਕੀ ਨੇ? ਕਈ ਵਾਰੀ ਅਸੀਂ ਜਦੋਂ ਜਪ ਤਪ ਸਿਮਰਨ ਵਾਲੇ ਪਾਸੇ ਤੁਰਨੇ ਆ ਕੁਝ ਸਮੇਂ ਲਈ ਇੰਜ ਪ੍ਰਤੀਤ ਹੁੰਦਾ ਸ਼ਾਇਦ ਇਹ ਖਤਮ ਹੋ ਗਈ ਕਹਾਣੀ। ਡੱਡੂ 10 ਮਹੀਨੇ ਨਹੀਂ ਬੋਲਦਾ, ਜਿਸ ਦਿਨ ਕੁਸੰਗ ਦੀ ਖਵਾ ਕੁਸੰਗ ਦਾ ਮੀਂਹ ਪਿਆ ਪਿਆਰੇ ਮਨ ਡੱਡੂ ਉਸੇ ਵੇਲੇ ਗੁਰਾਣ ਲੱਗ ਪੈਂਦਾ ਹੈ। ਇੱਕ ਅਦੀਬ ਨੇ ਸ਼ਬਦ ਲਿਖੇ ਸਨ ਕਿ ਮੈਂ ਜਾਣਿਓ ਮਨ ਮਰ ਗਇਓ ਮਰਿਓ ਸੋ ਅਜ ਹੋ ਨਾ ਹੈ। ਮੈਂ ਸੋਚਦਾ ਸਾਂ ਮਨ ਖਤਮ ਹੋ ਗਿਆ, ਵਾਸ਼ਨਾਵਾਂ ਮਰ ਗਈਆਂ। ਮੈਂ ਜਾਣਿਓ ਮਨ ਮਰ ਗਇਓ ਮਰਿਓ ਸੋ ਅਜ ਹੋ ਨਾ ਹੈ। ਵਰਖਾ ਪੜੀ ਕੁਸੰਗ ਕੀ ਦਾਦਰ ਜਿਉਂ ਗੁਰੜਾਹੇ। ਜਦੋਂ ਕੁਸੰਗ ਦਾ ਮੀਂਹ ਪਿਆ ਤੇ ਜਿਹੜੀਆਂ ਚਿੰਗਾਰੀਆਂ ਲੁਕੀਆਂ ਪਈਆਂ ਸਨ ਇੱਕੋ ਦਮ ਗੁੱਜੀਆਂ ਪ੍ਰਗਟ ਹੋ ਗਈਆਂ। ਕੁਸੰਗ ਦੀਆਂ ਚਿੰਗਾਰੀਆਂ ਅੱਗ ਬਣੀਆਂ। ਬਾਬਾ ਨਾਨਕ ਜੀ ਨੂੰ ਪੁੱਛੀਏ ਸਤਿਗੁਰੂ ਕਿ ਜਿਹੜੀ ਅੱਗ ਬਲਦੀ ਆਪ ਜੀ ਕਹਿ ਰਹੇ ਹੋ ਇਹ ਕਿਹੜੀ ਅੱਗ ਹੈ ਜਿਹੜੀ ਗੁੱਜੀ ਹੈ? ਬਾਬਾ ਜੀ ਨੇ ਕਿਹਾ ਪ੍ਰਗਟ ਹੁੰਦੀ ਏ। ਉਦਾਹਰਨ ਦਿੱਤੀ ਉਹਨੇ, ਉਦਾਹਰਨ ਦਿੱਤੀ ਇੱਕ ਲੋਹਾ ਤਪਾਉਣ ਵਾਲੇ ਸੱਜਣ ਦੇ ਔਜ਼ਾਰਾਂ ਦੀ, ਸਿਰਫ ਉਦਾਹਰਨ ਸਮਝਣ ਲਈ। ਕਹਿੰਦੇ ਨੇ ਜਿਵੇਂ ਇੱਕ ਲੋਹਾ ਗਰਮ ਕਰਨ ਵਾਲਾ, ਲੋਹੇ ਨੂੰ ਕੁੱਟਣ ਵਾਲਾ, ਲੋਹੇ ਦੇ ਸਮਾਨ ਤਿਆਰ ਕਰਨ ਵਾਲਾ, ਇੱਕ ਲੁਹਾਰ ਵੀਰ ਉਹ ਭੱਠੀ ਤਪਾ ਕੇ ਬੈਠਾ ਹੈ ਤੇ ਉਸ ਭੱਠੀ ਦੇ ਵਿੱਚ ਇੱਕ ਪਾਸੇ ਤੇ ਪੱਖੇ ਤੋਂ ਹਵਾ ਦੇ ਰਿਹਾ ਹੈ, ਦੂਜੇ ਪਾਸਿਓਂ ਬਲਦੀ ਹੋਈ ਅੱਗ ਦੇ ਉੱਤੇ ਕੋਲੇ ਪਾਉਂਦਾ ਹੈ ਤੇ ਉਸ ਬਲਦੀ ਹੋਈ ਅੱਗ ਦੇ ਵਿੱਚ ਜਿਉਂ ਜਿਉਂ ਉਹ ਹਵਾ ਤੇਜ਼ ਕਰਦਾ ਹੈ ਤਿਉਂ ਤਿਉਂ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ। ਉਹ ਇਸ ਕਰਕੇ ਕਿ ਇਹਦੇ ਵਿੱਚ ਪਿਆ ਹੋਇਆ ਲੋਹਾ ਵੀ ਲਾਲ ਅੱਗ ਦੀ ਤਰ੍ਹਾਂ ਤਪ ਜਾਏ। ਗੁਰੂ ਜੀ ਕਹਿੰਦੇ ਦੇਖ ਸੰਸਾਰ ਕਿਵੇਂ ਸੜਦਾ ਹੈ, ਸਰੀਰ ਇੱਕ ਲੁਹਾਰ ਦੀ ਭੱਠੀ ਹੈ, ਅੱਗ ਤਪਾਉਣ ਵਾਲੀ ਲੋਹੇ ਨੂੰ ਗਰਮ ਕਰਨ ਵਾਲੀ ਭੱਠੀ ਹੈ। ਕਹਿੰਦੇ ਮਨ ਇਹਦੇ ਵਿੱਚ ਲੋਹਾ ਪਿਆ ਹੈ। ਦੁਨੀਆਂ ਗੁੱਜੀ ਪਾਏ ਪਰ ਜਿੱਥੇ ਅੱਗ ਪ੍ਰਗਟ ਹੋ ਜਾਏ ਉੱਥੇ ਪੰਜਾਂ ਵਿਕਾਰਾਂ ਦੀ ਅੱਗ ਲੱਗਦੀ ਏ ਤੇ ਜਿਉਂ ਜਿਉਂ ਬੰਦਾ ਪਾਪ ਕਰਦਾ ਪਾਪਾਂ ਦੇ ਕੋਲੇ ਪੈਂਦੇ ਨੇ ਤੇ ਭੈੜੀ ਸੰਗਤ ਦੀ ਹਵਾ ਜਿਹੜੀ ਏ ਇਸ ਗੁੱਜੀ ਅੱਗ ਨੂੰ ਹੋਰ ਪ੍ਰਗਟ ਕਰਦੀ ਤੇ ਜਿੱਥੇ ਪਾਪਾਂ ਦੀ ਕੋਲੇ ਪੈਂਦੇ ਹੋਣ ਕੁਸੰਗ ਦਾ ਪੱਖਾ ਚੱਲਦਾ ਹੋਵੇ ਤੇ ਪਿਆਰੇ ਉਹ ਵਿਕਾਰਾਂ ਦੇ ਕੋਲੇ ਤਪਦੇ ਹੋਣ ਅੱਗ ਲੱਗੀ ਹੋਵੇ ਉੱਥੇ ਕਿੰਨੀ ਕੁ ਆਸ ਕਰੋਗੇ ਮਨ ਬਚ ਜਾਏ। ਲੋਹਾ ਠੀਕ ਸੀ ਪਰ ਜਦੋਂ ਅੱਗ ਦੀ ਸੰਗਤ ਕੀਤੀ ਤੇ ਉਹ ਅੱਗ ਨਾਲੋਂ ਵੀ ਵੱਧ ਸਾੜਨ ਵਾਲਾ ਬਣ ਗਿਆ। ਖੈਰ ਤਾਂ ਰਾਮ ਕੀ ਅੰਸ਼ ਸੀ ਪਰ ਜਦੋਂ ਵਿਕਾਰਾਂ ਦੀ ਅੱਗ ਵਿੱਚ ਜਾ ਡਿੱਗਾ ਸੱਚ ਜਾਣੋ ਇਹ ਮਨ ਜਿਹੜਾ ਵਿਕਾਰਾਂ ਤੋਂ ਵੱਧ ਕਰੂਰ ਹੋ ਗਿਆ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਕਾਇਆ ਆਰਨ ਆਰਨ ਮਨ ਵਿੱਚ ਲੋਹਾ। ਮਨ ਵਿੱਚ ਲੋਹਾ ਨਹੀਂ, ਥੋੜਾ ਜਿਹਾ ਵਿਸ਼ਰਾਮ ਦੇ ਚਮਕੀ ਆਪਾਂ ਕਹਿੰਦੇ ਕਾਇਆ ਆਰਨ ਮਨ ਵਿੱਚ ਲੋਹਾ। ਇਸ ਭੱਠੀ ਦੇ ਵਿੱਚ ਮਨ ਲੋਹਾ ਪਿਆ ਹੈ। ਪੰਚ ਅਗਨ ਤਿਤ ਲਾਗ ਰਹੀ ਇਵੇਂ ਕੁੱਚੀ ਪਾਏ ਤੋਂ ਪ੍ਰਗਟ ਹੋਈ ਅੱਗ। ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਪਿਆਰਿਓ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸਨੀ ਚਿੰਤ ਪਈ। ਮਨ ਚਲਿਆ ਗੁੱਜੀ ਪਾਏ ਸੀ
ਪ੍ਰਗਟ ਹੋ ਗਈ। ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾ ਪੜੇ ਤਿਸ ਉਪਰ ਮਨ ਜਲਿਆ ਸੰਨੀ, ਚਿੰਤ ਭਈ ਭਇਆ ਮਨੂਰ। ਮਨੂਰ ਦਾ ਅਰਥ ਨਕੰਮਾ ਲੋਇਆ ਜਿਹੜਾ ਕਿਸੇ ਕੰਮ ਨਹੀਂ, ਸੜ ਕੇ ਮਨ ਮਨੂਰ ਹੋ ਚੁੱਕਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਸੜੇ ਜਿਹੜੇ ਨੇ ਉਹ ਬਚ ਸਕਦੇ ਨੇ, ਵੱਖਰਾ ਵਿਸ਼ਾ ਹੈ। ਜੇ ਗੁਰ ਮਿਲੇ ਤਿਨੇਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਖ। ਬਾਬਾ ਜੀ ਨੇ ਕਿਹਾ ਵਕਾਰਾਂ ਦੀ ਅੱਗ, ਇਸ ਤੋਂ ਅੱਗੇ ਚੱਲੋ। ਹੇ ਸੱਚੇ ਪਾਤਸ਼ਾਹ, ਇਸ ਗੁੱਜੀ ਅੱਗ ਬਾਰੇ ਹੋਰ ਰਮਜਾ ਖੋਲੋ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾਤਾ ਜੀ ਨੇ ਫਿਰ ਇੱਕ ਹੋਰ ਬਹੁਤ ਪਿਆਰਾ ਬਚਨ ਕਿਹਾ ਇਸ ਅੱਗ ਦੇ ਸੰਬੰਧੀ। ਸਾਹਿਬ ਕਹਿੰਦੇ ਨੇ ਮਨੁੱਖ ਦਾ ਸਰੀਰ, ਇਹਦੇ ਵਿੱਚ ਮਾਨੋ ਚਾਰ ਅੱਗ ਦੇ ਦਰਿਆ ਤੇ ਵਗਦੇ ਨੇ, ਚਾਰ ਅੱਗ ਦੀਆਂ ਨਦੀਆਂ ਨੇ। ਤੇ ਮੈਂ ਸਿਰਫ ਹੁਣ ਵਿਸ਼ਾ ਇੱਧਰ ਲਿਆਇਆ ਵੀ ਹਵਾ ਪਸੰਗ ਦੀ ਮਿਲੇ ਤੇ ਗੁੱਜੀ ਅੱਗ ਨਾਲ ਲੋਕ ਸੜਦੇ ਨੇ, ਕਿਉਂਕਿ ਅੱਗ ਪ੍ਰਗਟ ਹੁੰਦੀ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਮਨੁੱਖ ਦੇ ਸਰੀਰ ਵਿੱਚ ਚਾਰ ਅੱਗ ਦੀਆਂ ਨਦੀਆਂ ਨੇ ਜਿਹਦੇ ਨਾਲ ਸੜਦਾ ਪਿਆ। ਸਤਿਗੁਰੂ ਉਹ ਅੱਗ ਕਿਹੜੀ? ਉੱਥੇ ਚਾਰ ਬਚਨ ਕਹੋ ਨੇ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੁਣ ਇਹ ਮਨੁੱਖੀ ਸਰੀਰ ਵਿੱਚ ਨੇ, ਇਹ ਸੰਸਾਰ ਦੇ ਵਿੱਚ ਗੁੱਜੀ ਪਾਏ ਹੈ, ਹਰ ਬੰਦੇ ਦੇ ਅੰਦਰ ਹੈ। ਪਰ ਇਹ ਗੱਲ ਵੱਖਰੀ ਕਿ ਗੁੱਜੀ ਰਹਿ ਜਾਏ, ਪ੍ਰਗਟ ਹੋਣ ਨੂੰ ਸਮਾਂ ਨਾ ਮਿਲੇ, ਪਰ ਇਹਦੀ ਚਿਣਗ ਮੌਜੂਦ ਹੈ। ਪਹਿਲੀ ਚਿਣਗ ਉਹ ਸੀ ਹੰਸ। ਹੰਸ ਦਾ ਅਖਰੀ ਅਰਥ ਹੈ ਹਿੰਸਾ, ਹਿੰਸਾ ਨਿਰਦਾਇਤਾ। ਇੱਥੇ ਹੰਸ ਦਾ ਅਰਥ ਉੱਡਣ ਵਾਲਾ ਹੰਸ ਨਹੀਂ, ਮੋਤੀ ਖਾਣ ਵਾਲਾ ਦੁੱਧ ਪੀਣ ਵਾਲਾ ਹੰਸ ਨਹੀਂ। ਹੰਸ ਦਾ ਅਰਥ ਹੈ ਹਿੰਸਾ। ਤੂੰ ਕਿਵੇਂ ਕਹਿੰਦਾ ਮੇਰੇ ਵਿੱਚ ਅੱਗ ਨਹੀਂ? ਚੇਤੇ ਰੱਖੀ, ਜਦੋਂ ਤੂੰ ਅੰਦਰੋਂ ਨਿਰਦਈ ਹਿਰਦੇ ਵਿੱਚੋਂ ਜ਼ਬਾਨ ਤੋਂ ਫਿੱਕੇ ਬੋਲ ਬੋਲਣਾ, ਸਿਰਫ ਧੱਕੇ ਹੀ ਹੋਇਆ ਸੈ ਬੋਲਣ ਦੀ ਦੇਰ, ਅੰਦਰ ਦੀ ਗੁੱਜੀ ਅੱਗ ਜ਼ਬਾਨ ਤੋਂ ਪ੍ਰਗਟ ਹੁੰਦੀ ਹੈ। ਇੱਥੇ ਇੱਕ ਮੈਂ ਬੇਨਤੀ ਕਰਾਂ, ਬਾਬਾ ਨਾਨਕ ਜੀ ਨੇ ਇਸ ਚੀਜ਼ ਨੂੰ ਬਾਣੀ ਵਿੱਚ ਬੜੇ ਵਿਸਤਾਰ ਨਾਲ ਬਿਆਨ ਕੀਤਾ। ਇਤਿਹਾਸਿਕ ਤੱਥ ਨੇ ਤੇ ਕੁਝ ਬਾਣੀ ਦੇ ਪ੍ਰਮਾਣ ਉਸ ਨਾਲ ਮਿਲਦੇ ਨੇ। ਅਸੀਂ ਕਈ ਵਾਰੀ ਪੜ੍ਹਨੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਇੱਕ ਸਾਧੂ ਨੇ ਆਪਣਾ ਨਾਮ ਰੱਖਿਆ ਸੀ ਵੈਸ਼ਨਵ ਸਾਧ। ਉਹ ਆਪਣੀ ਜ਼ਬਾਨ ਤੋਂ ਬਹੁਤ ਮਿੱਠਾ ਬੋਲਦਾ ਸੀ ਤੇ ਲੋਕ ਉਹਨੂੰ ਆਮ ਤੌਰ ਤੇ ਕਹਿੰਦੇ ਸਨ ਇਹ ਸਾਧੂ ਨਿਰਾ ਠੰਡ ਦਾ ਸੋਮਾ ਹੈ। ਕਈ ਤਾਂ ਇੱਥੋਂ ਤੱਕ ਸ਼ਬਦ ਵਰਤਦੇ ਸਨ ਕਿ ਇਹ ਚੰਦਨ ਦਾ ਰੁੱਖ ਹੈ, ਇਹਦੇ ਕੋਲ ਸੱਪ ਵੀ ਆ ਜਾਏ ਤੇ ਇੰਨਾ ਠੰਡਾ, ਇਹ ਸੱਪਾਂ ਨੂੰ ਵੀ ਠੰਡ ਦਿੰਦਾ ਹੈ। ਸਿਰਫ ਪ੍ਰਗਟ ਨਹੀਂ ਸੀ ਹੋਇਆ, ਕਿਉਂਕਿ ਉਹਨੂੰ ਮੌਕਾ ਨਹੀਂ ਸੀ ਮਿਲਿਆ ਉਸ ਦੇ ਅੰਦਰ ਦੀ ਅੱਗ ਨੂੰ ਬਾਹਰ ਭੜਕਣ ਲਈ। ਗੁਰੂ ਨਾਨਕ ਸਾਹਿਬ ਗਏ, ਦੇਖਿਆ ਵੀ ਲੋਕ ਇਹਦੇ ਚਰਨਾਂ ਵਿੱਚ ਝੋਕੇ ਸਿਜਦੇ ਕਰਦੇ ਨੇ। ਹਜ਼ੂਰ ਨੇ ਇਸ ਦੇ ਬਾਹਰ ਦੇ ਕਿਰਿਆ ਕਰਮ ਜਿਹੜੇ ਸਾਨੂੰ ਦੇਖੇ, ਉਹ ਕਰਮ ਕੀ ਸੀ ਕਿ ਇਸ ਨੇ ਲੱਕੜਾਂ ਧੋ ਕੇ ਰੱਖਣੀਆਂ, ਜ਼ਮੀਨ ਪੱਟ ਕੇ ਚੁੱਲ੍ਹਾ ਬਣਾਉਣਾ ਤੇ ਜਦੋਂ ਭੋਜਨ ਤਿਆਰ ਕਰਨਾ ਤੇ ਉਹਨੇ ਉਸ ਜ਼ਮੀਨ ਦੇ ਉੱਪਰ ਪੋਚਾ ਫੇਰਨਾ, ਪੋਚਾ ਫੇਰ ਕੇ ਉਹਦੇ ਤੇ ਲਕੀਰ ਖਿੱਚਣੀ ਤੇ ਨਾਲ ਮੰਤਰ ਪੜ੍ਹਨਾ ਤੇ ਲੋਕਾਂ ਕਹਿ ਦੇਣਾ ਬੜੀ ਸੂਖਮਤਾ ਹੈ। ਗੁਰਮਖੋ, ਕਈ ਵਾਰੀ ਆਪਾਂ ਵੀ ਇਸ ਭੁਲੇਖੇ ਵਿੱਚ ਪੈ ਜਾਂਦੇ ਹਾਂ ਬਾਹਰ ਦੇ ਸਰੀਰ ਦੀਆਂ ਹਰਕਤਾਂ ਨੂੰ ਦੇਖ ਕੇ। ਇਸ਼ਨਾਨ ਕਰਨਾ ਬਹੁਤ ਚੰਗੀ ਬਾਤ ਹੈ, ਪਰ ਇਹ ਗੱਲ ਚੇਤੇ ਰੱਖਿਓ ਪਿੰਡੇ ਦਾ ਧੋਣਾ ਰੱਬ ਦੀ ਪ੍ਰਾਪਤੀ ਵਿੱਚ ਸਹਾਇਕ ਨਹੀਂ ਜੇ ਅੰਦਰ ਦਾ ਦਿਲ ਨਹੀਂ ਧੁਬਿਆ। ਬੁੱਲੇ ਨੇ ਗੱਲ ਬੜੀ ਸੋਹਣੀ ਕਹੀ ਸੀ, ਉਹ ਕਹਿੰਦਾ ਸਾਡੇ ਤ੍ਰੈ ਮਨ ਦੇਹ ਨਿਤ ਧੋਵੇ, ਇੱਕ ਧੋਲਾ ਟੁਕੜਾ ਦਿਲ ਦਾ। ਸਾਡੇ ਤ੍ਰੈਮਣ ਦੇਹ ਨਿਤ ਧੋਵੇ, ਇੱਕ ਧੋਲਾ ਟੁਕੜਾ ਦਿਲ ਦਾ, ਦੇਹ ਧੋਤੇ ਕੁਝ ਲੱਜਦਾ ਨਹੀਂ, ਦਿਲ ਧੋਤੇ ਰੱਬ ਮਿਲਦਾ। ਅੰਦਰ ਨੂੰ ਧੋਤੇ, ਪਰ ਇਹਦਾ ਭਾਵ ਇਸ਼ਨਾਨ ਕਰਨਾ ਕਰਨ ਇਨਕਾਰ ਨਹੀਂ, ਪਰ ਜੇ ਤੂੰ ਅੰਦਰ ਨੂੰ ਧੋਂਦਾ ਨਹੀਂ ਪਿਆ, ਬਾਹਰ ਤੇ ਧੋਣੇ ਨੂੰ ਸਾਧਨ ਸਮਝੀ ਬੈਠਾ। ਲੋਕਾਂ ਕਿਹਾ ਦਾ ਜੀਵਨ ਬਹੁਤ ਉੱਚਾ, ਇਹ ਲੱਕੜਾਂ ਧੋਂਦਾ ਹੈ, ਇਹ ਪੋਚਾ ਫੇਰਦਾ ਹੈ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਚਿੰਗਾਰੀਆਂ ਨੇ
ਅਸਲ ਵਿੱਚ ਧੁਖਣ ਦਾ ਮੌਕਾ ਨਹੀਂ ਮਿਲਿਆ। ਲੋਕਾਂ ਫਿਰ ਕਿਹਾ ਬਾਬਾ ਕੀ ਸ਼ਬਦ ਕਹਿੰਦੇ? ਹਜ਼ੂਰ ਨੇ ਕਿਹਾ ਮੈਂ ਕਹਿ ਰਿਹਾ ਸਿਰਫ ਅਜੇ ਅੱਗ ਗੁੱਝੀ ਹੈ, ਹਵਾ ਨਹੀਂ ਮਿਲੀ, ਹਵਾ ਮਿਲ ਗਈ ਤੇ ਪ੍ਰਗਟ ਹੋਵੇਗੀ। ਲੋਕਾਂ ਨੇ ਕਿਹਾ ਇਹੋ ਜਿਹਾ ਸਾਧੂ ਤੇ ਤਰਕ? ਮੇਰੇ ਬਾਬਾ ਜੀ ਨੇ ਕਿਹਾ ਬਿਲਕੁਲ ਤਰਕ ਨਹੀਂ, ਹਕੀਕਤ ਹੈ। ਭਾਈ ਮਰਦਾਨੇ ਨੂੰ ਸਿਰਫ ਇੰਨੀ ਸ਼ਬਦ ਕਹਿ ਸਨ, ਭਾਈ ਸਾਹਿਬ ਸਿਰਫ ਮੈਂ ਸੰਖੇਪ ਵਿੱਚ ਇੱਕ ਉਦਾਹਰਣ ਲਈ ਹੈ, ਆਪਾਂ ਭੋਜਨ ਤਿਆਰ ਕਰਨਾ ਤੇ ਤੁਸੀਂ ਇਸ ਸਾਧੂ ਦੀ ਬਲ ਦੀ ਕੋਈ ਅੱਗ ਵਿੱਚੋਂ ਥੋੜੀ ਜਿਹੀ ਅੱਗ ਲੈ ਕੇ ਆਓ, ਭੋਜਨ ਤਿਆਰ ਕਰੀਏ। ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਉਸ ਸਾਧੂ ਦੇ ਚੌਂਕੇ ਵਿੱਚ ਪੈਰ ਪਾਇਆ, ਉਹਨੇ ਦੇਖਿਆ ਤੇ ਉਹਦੀ ਜ਼ਬਾਨ ਤੇ ਪਹਿਲਾ ਸ਼ਬਦ ਸੀ ਸ਼ੂਦਰ, ਤੇਰੀ ਕੀ ਮਜਾਲ ਕੇ ਮੇਰੇ ਇਸ ਚੌਂਕੇ ਵਿੱਚ ਪੈਰ ਪਾ ਜਾਏ। ਕਹਿਣ ਦੀ ਦੇਰ ਸੀ, ਜਿਹੜਾ ਕਹਿ ਰਿਹਾ ਸੀ ਕਿ ਬ੍ਰਹਮ ਹੀ ਬ੍ਰਹਮ ਹੈ, ਹਰ ਪਾਸੇ ਸਰਬ ਵਿਆਪੀ ਬ੍ਰਹਮ ਹੈ, ਪਤਾ ਨਹੀਂ ਇੱਕੋ ਦਮ ਉਹ ਬ੍ਰਹਮ ਕਹਿਣ ਵਾਲੇ ਦੇ ਅੰਦਰੋਂ ਚਿੰਗਾਰੀ ਨੂੰ ਹਵਾ ਮਿਲੀ, ਅੱਗ ਬਣੀ। ਉਹਨੇ ਆ ਵੇਖਿਆ ਨਾ ਤਾ ਵੇਖਿਆ, ਬਲਦਾ ਹੋਇਆ ਚੋ ਲੈ ਕੇ ਭਾਈ ਸਾਹਿਬ ਭਾਈ ਮਰਦਾਨੇ ਨੂੰ ਜਿਉਂਦੇ ਨੂੰ ਅੱਗ ਲਾਉਣ ਲੱਗਾ। ਹੁਣ ਦੇਖੋ ਚਿਣਗਾਂ ਕਿਵੇਂ ਭਟਕਦੀਆਂ ਨੇ, ਸਿਰ ਪਰਦੇ ਪਏ ਨੇ ਪਿਆਰਿਓ, ਹਵਾ ਆਉਣ ਦੀ ਦੇਰ ਤੇ ਗੁੱਝੀਆਂ ਚਿਣਗਾਂ ਪ੍ਰਗਟ ਹੋਣਗੀਆਂ। ਪਰ ਬਾਬੇ ਫਰੀਦ ਜੀ ਨੇ ਕਿਹਾ ਮੈਂ ਆਪਣੇ ਮੁਰਸ਼ਦ ਦਾ ਸ਼ੁਕਰ ਕਰਨਾ ਜਿਹਨੇ ਮਿਹਰ ਕਰਕੇ ਮੈਨੂੰ ਅੱਗ ਤੋਂ ਬਚਾ ਲਿਆ। ਜਦੋਂ ਉਹਨੇ ਬਲਦਾ ਹੋਇਆ ਚੋ ਲੱਕੜ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਦੌੜਿਆ ਤੇ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਕੋਲ ਆ ਗਏ, ਸਾਹਿਵਾਲ ਨੇ ਜ਼ਿਆਦਾ। ਹਜ਼ੂਰ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗੇ ਰੁਕੋ। ਸਾਧੂ ਰੁਕ ਤਾਂ ਗਿਆ, ਹੱਥ ਵਿੱਚ ਅੱਗ ਦਾ ਬਲਦਾ ਹੋਇਆ ਚੋ ਸੀ, ਲੱਕੜ ਸੀ, ਪਰ ਅੱਖਾਂ ਵਿੱਚ ਝਾਤੀ ਮਾਰਿਆ ਲੱਗਦਾ ਸੀ ਅੱਜ ਅੰਦਰ ਦਾ ਚੋ ਵੀ ਬਲ ਗਿਆ ਹੈ। ਅੱਖਾਂ ਵਿੱਚ ਅੱਗ ਸੀ, ਜ਼ਬਾਨ ਵਿੱਚ ਅੱਗ ਸੀ, ਉਹਦੇ ਸਰੀਰ ਵਿੱਚੋਂ ਅੱਗ ਦੀਆਂ ਮਾਨੋ ਲਪਟਾਂ ਨਿਕਲ ਰਹੀਆਂ ਸਨ। ਬਾਬਾ ਜੀ ਨੇ ਰੋਕ ਕੇ ਕਿਹਾ, ਉਹ ਭਲਿਆ ਤੂੰ ਤਾਂ ਵੈਸ਼ਨੂ ਹੈ, ਤੂੰ ਤਾਂ ਜੀਵਾਂ ਨੂੰ ਕੀੜੀਆਂ ਨੂੰ ਵੀ ਬਚਾਉਣਾ ਹੈ, ਲੋਕ ਤੈਨੂੰ ਕਹਿੰਦੇ ਨੇ ਤੂੰ ਬਹੁਤ ਹੀ ਸਿਆਣਾ ਹੈ, ਤੂੰ ਦਯਾਲੂ ਹੈ, ਉਹ ਕਿੰਨੀ ਕੁ ਤੇਰੀ ਦਇਆ, ਤੂੰ ਕੀੜੀਆਂ ਨੂੰ ਬਚਾਉਣ ਵਾਲੇ ਜਿਉਂਦੇ ਬੰਦੇ ਨੂੰ ਅੱਗ ਲਾ ਕੇ ਫੂਕਣ ਲੱਗਾ ਹੈ। ਤੇ ਕਈ ਵਾਰੀ ਜਦੋਂ ਇਹ ਘਟਨਾ ਸਾਹੀ ਸਾਹਮਣੇ ਆਉਂਦੀ ਹੈ ਤੇ ਮਨ ਕਹਿੰਦਾ ਮਨਾ ਇਹ ਤਾਂ ਬਾਬੇ ਨਾਨਕ ਦੇ ਵੇਲੇ ਵੀ ਚੋ ਲੈ ਕੇ ਜਿਉਂਦੇ ਨੂੰ ਸਾੜਨ ਤੁਰੇ ਸਨ, ਕਿਉਂਕਿ ਇਹਨਾਂ ਦਾ ਸੁਭਾਅ ਹੀ ਹੈ ਜਿਉਂਦੇ ਨੂੰ ਅੱਗ ਲਾਉਣਾ। ਜਦੋਂ ਉਹਨੇ ਕਿਹਾ ਵੀ ਹਜ਼ੂਰ ਨੇ ਕਿਹਾ ਤੂੰ ਤਾਂ ਸਾਧੂ ਹੈ, ਥੋੜਾ ਜਿਹਾ ਠੰਡਾ, ਕਿਉਂਕਿ ਬਾਬਾ ਜੀ ਨੇ ਸੱਚਾਈ ਕਹਿ ਦਿੱਤੀ। ਇਸ ਨੇ ਚੋ ਰੱਖਿਆ ਥੱਲੇ, ਹਜ਼ੂਰ ਨੇ ਕਿਹਾ ਇਸ ਨੇ ਕੀ ਕਸੂਰ ਕੀਤਾ, ਰੱਬ ਦੀ ਕੀਰਤੀ ਗਾਉਣ ਵਾਲਾ ਜਿਉਂਦੇ ਨੂੰ ਅੱਗ ਲਾਉਣ ਲੱਗਾ। ਉਹਨੇ ਕਿਹਾ ਸ਼ੂਦਰ ਨੇ ਮੇਰੇ ਚੌਂਕੇ ਨੂੰ ਪਿੱਟ ਦਿੱਤਾ। ਬਾਬਾ ਜੀ ਨੇ ਕਿਹਾ ਚਿੰਗਾਰੀ ਸੀ, ਪਿੱਟਿਆ ਤੇ ਪਹਿਲਾਂ ਹੀ ਹੈ, ਹੁਣ ਚਿੰਗਾਰੀ ਨੂੰ ਭਟਕਣ ਦਾ ਮੌਕਾ ਮਿਲ ਗਿਆ ਹੈ। ਇਹਨੇ ਤੇਰੇ ਬਾਹਰ ਦੇ ਚੌਂਕੇ ਵਿੱਚ ਪੈਰ ਪਾਏ, ਤੂੰ ਸ਼ੂਦਰ ਕਹਿ ਦਿੱਤਾ, ਪਰ ਆਪਣੇ ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਕੇ ਦੇਖ, ਚੇਤੇ ਰੱਖੀ ਜਿਨ੍ਹਾਂ ਤੋਂ ਤੂੰ ਭਿੱਟ ਸੁੱਚ ਕਰੀ ਬੈਠਾ ਹੈ, ਤੇਰੇ ਅੰਦਰ ਜਿਹੜੀ ਅਹਿੰਸਾ ਵਾਲੀ ਬਿਰਤੀ ਹੈ ਇਹ ਸ਼ੂਦਰ ਹੈ, ਇਹਨੇ ਤੇਰੇ ਅੰਦਰ ਦੇ ਚੌਂਕੇ ਨੂੰ ਭਿੱਟ ਦਿੱਤਾ ਹੈ। ਆ ਜਿਹੜੀ ਭੈੜੀ ਮਤ ਤੇਰੇ ਕੋਲ ਲੋਕ ਕਹਿੰਦੇ ਨੇ ਤੂੰ ਸਬੁੱਧੀ ਹੈ, ਪਰ ਅੱਜ ਪਤਾ ਲੱਗਾ ਤੂੰ ਤਾਂ ਕਬੂਤਾ ਹੈ, ਏਡੀ ਭੈੜੀ ਅਕਲ ਕੇ ਜਿਉਂਦਿਆਂ ਨੂੰ ਅੱਗ ਲਾਉਣ ਲੱਗਾ ਹੈ। ਚੇਤੇ ਰੱਖੀ ਇਹ ਤੇਰੇ ਦੇ ਅੰਦਰ ਜਿਨ੍ਹਾਂ ਨੂੰ ਤੂੰ ਨਿਰਾਸ਼ੀ ਕਹਿੰਦਾ ਇਹ ਬਿਰਤੀ ਤੇਰੀ ਨਿਰਾਸ਼ਨ ਬਿਰਤੀ ਹੈ, ਬਿਰਤੀਆਂ ਦੀ ਗੱਲ ਕੀਤੀ। ਜਿਹੜੀ ਤੂੰ ਪਰਾਈ ਨਿੰਦਿਆ ਰੋਜ਼ ਕਰਨਾ ਇਹ ਗੁੱਝੀਆਂ ਚਿਣਗਾਂ ਨੇ। ਹਜ਼ੂਰ ਕਹਿਣ ਲੱਗਿਆ ਤੇਰੇ ਚਿਹਰੇ ਤੇ ਜਿਹੜਾ ਗੁੱਸਾ ਭਟਕਦਾ ਪਿਆ ਭੜਕਦਾ ਪਿਆ ਹੈ, ਸੱਚ ਜਾਣੀ ਇਹ ਚਿੰਗਿਆਰੀਆਂ ਭਾਂਬੜ ਬਣ ਗਈਆਂ ਨੇ, ਬਾਹਰ ਦੀਆਂ ਲਕੀਰਾਂ ਖਿੱਚਣ ਵਾਲਿਆ, ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਤੇ ਇਸ ਅੰਦਰ ਦੀ ਅੱਗ ਤੋਂ ਬਚਾ। ਬਾਬਾ ਜੀ ਨੇ ਉੱਥੇ ਭਾਵੇਂ ਬਿਰਤੀਆਂ ਕਹੀਆਂ ਪਰ ਵਿਆਹ ਕਿਆ ਖੰਸ ਖੇਤ, ਪਹਿਲੀ ਮੈਂ ਤੁਕ ਲਈ ਵੀ ਅੰਦਰ ਹਿੰਸਾ ਦੀ ਅੱਗ ਚਿੰਗਿਆਰੀ ਹੈ, ਦੁਨੀਆਂ ਗੁੱਝੀ ਪਾਏ। ਬਾਬਾ ਜੀ ਨੇ ਇੱਥੇ ਪੂਰਾ ਬਚਨ ਕਿਹਾ ਸੀ, ਕਹਿਣ ਲੱਗੇ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ
ਉਹ ਪਿਆਰੇ ਉਹ ਕਾਰੀ ਕੱਢੀ ਕਿਆ ਥੀਆਂ ਜਾਂ ਚਾਰੀ ਚਾਰੇ ਬੈਠੀਆਂ ਨਾਲ ਨਾਲ ਦੁਨੀਆ ਗੁੱਜੀ ਪਾਏ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਦੁਨੀਆ ਗੁੱਜੀ ਪਾਏ। ਗੁਰੂ ਸਾਹਿਬ ਨੇ ਕਿਹਾ ਮਨੁੱਖ ਦੇ ਸਰੀਰ ਵਿਚ ਚਾਰ ਚਿੰਗਾਰੀਆਂ ਨਹੀਂ ਚਾਰ ਅੱਗ ਦੇ ਦਰਿਆ ਨੇ। ਪਹਿਲਾ ਦਰਿਆ ਹੈ ਹੰਸ, ਹਿੰਸਾ ਕਰਨੀ, ਨਿਰਦੈਤਾ ਕਰਨੀ। ਹਿੰਸਾ ਕਰਨ ਦੇ ਕਈ ਤਰੀਕੇ ਨੇ, ਨਿਰਦੈਤਾ ਦੇ ਕਈ ਤਰੀਕੇ ਨੇ। ਹਿੰਸਾ ਦਾ ਅਰਥ ਕੇਵਲ ਆਪਣੇ ਹੱਥਾਂ ਨਾਲ ਕਿਸੇ ਉੱਤੇ ਵਾਰ ਕਰਨਾ ਨਹੀਂ, ਜ਼ਬਾਨ ਨਾਲ ਵੀ ਲੋਕ ਹਿੰਸਾ ਕਰਦੇ ਨੇ। ਜ਼ਬਾਨ ਤੋਂ ਕੌੜਾ ਬੋਲਦੇ ਨੇ, ਅਗਲੇ ਦੇ ਅੰਦਰ ਨੂੰ ਤੋੜ ਕੇ ਰੱਖ ਦਿੰਦੇ ਨੇ। ਕਲਮ ਨਾਲ ਵੀ ਲੋਕ ਹਿੰਸਾ ਕਰਦੇ ਨੇ, ਨਜ਼ਰ ਨਾਲ ਵੀ ਲੋਕ ਹਿੰਸਾ ਕਰਦੇ ਨੇ। ਇਹ ਚਿੰਗਾਰੀਆਂ ਨੇ। ਹੰਸ ਖੇਤ, ਦੂਸਰੀ ਅੱਗ ਦੀ ਚਿੰਗਾਰੀ ਹੈ ਖੇਤ। ਖੇਤ ਖੇਤ ਦਾ ਅਰਥ ਹੈ ਮੋਹ, ਅਪਨਤ, ਜਿਹਨੂੰ ਅਸੀਂ ਮਮਤਾ ਵੀ ਕਹਿੰਦੇ। ਹੁਣ ਥੋੜਾ ਜਿਹਾ ਆਪ ਧਿਆਨ ਦਿਓ, ਇੱਕ ਮੋਹ ਦੇ ਨਾਲ ਹੈ ਮਮਤਾ। ਜੇ ਮਾਇਆ ਮਮਤਾ ਤਜੀ, ਮਮਤਾ ਦਾ ਅਰਥ ਕੀ ਹੈ? ਮਮਤਾ ਦਾ ਅਖਰੀ ਅਰਥ ਹੁੰਦਾ ਪਕੜ। ਮਾਇਆ ਨੂੰ ਵਰਤਣਾ ਕੁਝ ਹੋਰ ਚੀਜ਼ ਹੈ ਤੇ ਮਮਤਾ ਆ ਜਾਣੀ ਕੁਝ ਹੋਰ ਚੀਜ਼ ਹੈ। ਇੱਥੇ ਮੈਂ ਇੱਕ ਪ੍ਰਮਾਣ ਗੁਰੂ ਜੀ ਦੀ ਬਾਣੀ ਵਿੱਚੋਂ ਦੇਣਾ। ਮਿੱਠੇ ਦੀ ਰੋੜੀ ਹੈ, ਢੇਲੀ ਹੈ ਗੁੜ ਦੀ, ਉਹਦੇ ਉੱਤੇ ਮੱਖੀ ਬੈਠੇ ਉਹਨੂੰ ਖਾ ਕੇ ਉੱਡ ਜਾਏ ਤੇ ਇਹ ਮਮਤਾ ਨਹੀਂ, ਇਹ ਗੁਜਰਾਨ ਹੈ। ਤੇ ਜਦੋਂ ਮੱਖੀ ਉਸ ਗੁੜ ਦੀ ਰੋੜੀ ਤੇ ਬੈਠ ਕੇ ਇਹ ਕਹਿ ਕੇ ਕੱਲੀ ਮੇਰੀ ਹੈ, ਮੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਣੀ ਚਾਹੀਦੀ, ਚੇਤੇ ਰੱਖੋ, ਫਿਰ ਉਹ ਬਿਰਤੀ ਜਿਹੜੀ ਹੈ ਮਮਤਾ ਬਣ ਜਾਂਦੀ ਹੈ। ਖਾ ਕੇ ਉੱਡ ਜਾਣਾ ਗੁਜਰਾਨ ਸੀ, ਜੀਵਨ ਸੀ, ਪਰ ਜਦੋਂ ਉਹਨੇ ਮੈਂ ਮੇਰੀ ਦਿਖਾ ਕੇ ਮਮਤਾ ਪ੍ਰਗਟ ਕਰਕੇ ਕੱਲਾ ਮੇਰਾ ਅਧਿਕਾਰ, ਉਸ ਵੇਲੇ ਉੱਥੇ ਪਕੜੀ ਗਈ ਜਿਹੜੀ ਪੇਸੀ ਉੱਤੇ ਕਬਜ਼ਾ ਕਰਦੀ ਸੀ, ਉਸ ਨੂੰ ਗੁਰ ਨੇ ਇਹੋ ਜਿਹਾ ਕਬਜ਼ੇ ਵਿੱਚ ਲੈ ਲਿਆ, ਮੱਖੀ ਉਸੇ ਮਿੱਠੇ ਉੱਤੇ ਪ੍ਰਾਣ ਤਿਆਗ ਗਏ। ਖੇਤ ਇਹ ਵੀ ਇੱਕ ਅੱਗ ਦੀ ਚਿੰਗਾਰੀ ਹੈ, ਮੈਂ, ਮੇਰੀ, ਮੇਰੇ ਬੱਚੇ, ਮੇਰਾ ਪਰਿਵਾਰ। ਹਜ਼ੂਰ ਨੇ ਬਾਣੀ ਵਿੱਚ ਵੀ ਇਹ ਪ੍ਰਮਾਣ ਦਿੱਤਾ, ਗਿੱਲੀ ਗਿੱਲੀ ਰੋਡੜੀ, ਗੁਰੂ ਅਰਜਨ ਸਾਹਿਬ ਜੀ, ਗਿੱਲੀ ਗਿੱਲੀ ਰੋਡੜੀ ਭੌਂਦੀ ਪਾਪਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ, ਮਥਾਏ ਜਿਹੜੇ ਬੈਠੇ ਸਨ ਉਹ ਪਿਆਰੇ ਉਹ ਫਸ ਗਏ, ਜਿਹੜੇ ਉੱਡ ਗਏ ਉਹ ਬਚ ਗਏ। ਫਿਰ ਬੇਨਤੀ ਵੱਲ ਧਿਆਨ ਦੇ ਆ ਜੇ, ਚਾਰ ਅੱਗ ਦੀਆਂ ਨਦੀਆਂ ਨੇ ਦੁਨੀਆ ਗੁੱਜੀ ਪਾਏ, ਹੰਸ, ਹਿੰਸਾ, ਖੇਤ, ਮੋਹ। ਇਹਨੂੰ ਮੋਹ ਕਹਾਂਗੇ, ਮਮਤਾ ਕਹਾਂਗੇ, ਲੋਭ, ਲਾਲਚ ਦੀਆਂ ਵੀ ਚਿੰਗਾਰੀਆਂ ਨੇ। ਅਗਲਾ ਬਚਨ ਹੈ ਕੋਪ। ਕੋਪ ਦਾ ਅਰਥ ਹੈ ਗੁੱਸਾ। ਇਨਸਾਨ ਦੇ ਅੰਦਰ ਲਾਲਚ, ਮੋਹ, ਹਿੰਸਾ, ਕ੍ਰੋਧ, ਇਹ ਮਾਨੋ ਅੱਗ ਦੀਆਂ ਚਿੰਗਾਰੀਆਂ ਨੇ, ਕਈ ਥਾਵਾਂ ਤੇ ਪ੍ਰਗਟ ਹੋ ਗਈਆਂ, ਕਦੇ ਕਿਤੇ ਦੇ ਗੁੱਜੀਆਂ ਪਈਆਂ ਨੇ। ਬਾਬਾ ਜੀ ਨੇ ਕਿਹਾ ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ ਪਵਹ ਜਿਹੜੇ ਵਿੱਚ ਡਿੱਗ ਪਏ, ਦੱਜੇ ਉਹ ਸੜ ਗਏ, ਤਰੀਏ ਕਰਮੀ ਲੱਗ, ਪਰ ਤਰੇ ਅੱਗ ਤੋਂ ਉਹ ਜਿਹਦੇ ਉੱਤੇ ਸਾਈਂ ਦੀ ਮਿਹਰ ਹੋ ਗਈ, ਜਿਸ ਦੇ ਦਾਤੇ ਨੇ ਮਿਹਰ ਕੀਤੀ। ਮੈਂ ਸਿਰਫ ਪਹਿਲੇ ਪ੍ਰਮਾਣ ਦਿੱਤੇ ਨੇ ਸੰਸਾਰ ਵਿੱਚ ਅੱਗ ਹੈ, ਤੇ ਧੰਨ ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਉਹਨਾਂ ਅੱਗ ਦੀ ਵਿਆਖਿਆ ਹੋਰ ਸੁਖੈਣ ਕੀਤੀ। ਕਹਿਣ ਲੱਗੇ ਜੈਸੀ ਅੱਗ ਨੂੰ ਉਧਰ ਮੈਂ, ਤੈਸੀ ਬਾਹਰ ਮਾਇਆ। ਇਹ ਚਿੰਗਾਰੀਆਂ ਨੇ। ਜੈਸੀ ਅੱਗ ਨੂੰ ਉਧਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਦੁਨੀਆਂ ਗੁੱਜੀ ਪਾਹੇ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਇਹਦੇ ਗੁੱਜੀ ਪਾਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਵੀ ਅੱਗ ਦੀ ਤਰ੍ਹਾਂ ਆਪਣਾ ਆਪ ਪ੍ਰਗਟ ਕਰ ਗਈ। ਇਹਨੇ ਆਪਣੇ ਆਪਣੀ ਨਿੱਕੀ ਜਿਹੀ ਚਿੰਗਾਰੀ ਨੂੰ ਇੱਕ ਭਾਂਬੜ ਦਾ ਰੂਪ ਦੇ ਦਿੱਤਾ। ਇਹ ਵੀ ਅੰਦਰ ਦੀ ਅੱਗ ਹੈ। ਪਰ ਗੁਰੂ ਸਾਹਿਬ ਜੀ ਤੋਂ ਪੁੱਛੀਏ ਦਾਤਾ, ਇਹ ਅੱਗ ਕਿਵੇਂ ਸ਼ਾਂਤ ਹੋਵੇ, ਕਿਵੇਂ ਇਸ ਨੂੰ ਬੁਝਾਇਆ ਜਾਏ? ਤੇ ਰੱਬ ਮਿਹਰ ਕਰੇ, ਸਿਰਫ ਇੰਨੀ ਕੁ ਜੁਗਤੀ ਸਮਝ ਪੈ ਜਾਏ ਕਿ ਇਹ ਅੱਗ ਕਿਵੇਂ ਬੁਝੇ। ਦਾਤਾ ਜੀ ਨੇ ਬਾਣੀ ਵਿੱਚ ਬਚਨ ਵੀ ਕਹੇ ਨੇ, ਕਹਿਣ ਲੱਗੇ ਕੱਲ ਤਾਤੀ ਠੰਡਾ ਹਰਨਾ, ਨਾਮ ਹੀ ਠੰਡਾ ਹੈ, ਬਾਕੀ ਅੱਗ ਹੈ। ਗੁਰੂ ਜੀ ਨੂੰ ਪੁੱਛੀਏ ਦਾਤਾ ਜੀ ਕਿਵੇਂ ਇਹਦੇ ਤੋਂ ਬਚੀਏ, ਤੇ ਸਤਿਗੁਰੂ ਦਾ ਇੱਕ ਸ਼ਬਦ ਆਪ ਪੜ੍ਹਦੇ ਹੋ,
ਕਿ ਭੁੱਲੇ ਮਾਰਗ ਜਿਨ੍ਹੇ ਬਤਾਇਆ ਸਾਈ ਮੇਰਾ ਚੰਗਾ ਕੀਤਾ। ਭੁੱਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਜਗ ਤੋਂ ਬਚਣੇ। ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਕਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਫੁਨ ਮੋਵਾ ਚਰਨ ਕਮਲ ਗੁਰ ਆਸ਼ਰਮ ਦੀਆ। ਕਿਵੇਂ ਅੱਗ ਬੁੱਝੇ ਜਿੱਥੇ ਪ੍ਰਮਾਣ ਮੈਂ ਲਿਆਉਣਾ ਚਾਹਨਾ ਅਗਨ ਸਾਗਰ ਬੂਡਤ ਸੰਸਾਰਾ। ਸਾਈ ਮੇਰਾ ਚੰਗਾ ਕੀਤਾ ਕਿਉਂ ਉਹਨੇ ਗੁਰੂ ਮਿਲਾ ਦਿੱਤਾ। ਗੁਰੂ ਕੀ ਚੀਜ਼ ਹੈ? ਗੁਰੂ ਵਿੱਚ ਖਲੋਤਾ ਹੋਇਆ। ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਨਿਰੰਕਾਰ ਹੈ ਸ਼ਬਦ ਗੁਰੂ ਜਿਹਨੂੰ ਅਸੀਂ ਕਹਿੰਦੇ ਹਾਂ। ਇੱਕ ਪਾਸੇ ਦੁਨੀਆਂ ਹੈ ਦੂਜੇ ਪਾਸੇ ਦੀਨ ਹੈ। ਗੁਰੂ ਜੀ ਕੀ ਕਰਦੇ ਨੇ? ਗੁਰੂ ਦਾ ਇੱਕ ਹੱਥ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਇੱਕ ਹੱਥ ਭੁੱਲੇ ਹੋਏ ਜੀਵ ਦੇ ਹੱਥ ਵਿੱਚ ਹੈ ਜਿਹੜਾ ਗੁਰੂ ਨੂੰ ਬਾਂਹ ਪਕੜਾ ਦਿੰਦਾ ਹੈ। ਗੁਰੂ ਵਿਚੋਲਾ ਬਣ ਕੇ ਉਹਦੀ ਬਾਂਹ ਪਰਮਾਤਮਾ ਨੂੰ ਪਕੜਾ ਦਿੰਦਾ ਹੈ। ਗੁਰੂ ਵਿਚੋਲੇ ਨੇ, ਉਹ ਆਪ ਪਰਮਾਤਮਾ ਦੇ ਵਿੱਚ ਮਿਲਾਉਂਦੇ ਨੇ। ਤਿੱਬਤ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੈ ਸਿਰਫ ਇੱਕ ਕਹਾਣੀ ਦੇ ਰੂਪ ਵਿੱਚ। ਗੁਰੂ ਕੋਲ ਜਾ ਕੇ ਕੀ ਕਰੀਏ? ਕਹਿੰਦੇ ਇੱਕ ਵਾਰੀ ਤਿੱਬਤ ਵਿੱਚ ਕੁਝ ਸੰਨਿਆਸੀ ਸਨ। 200 ਦੇ ਕਰੀਬ ਉਹਨਾਂ ਦੀ ਗਿਣਤੀ ਸੀ। ਜੇ ਮੈਂ ਸਾਖੀ ਜਾਂ ਕਹਾਣੀ ਲੈਣਾ ਇਹ ਤਨ ਰਸ ਨਾ ਕੇਵਲ ਸਮਝਿਓ ਸਿਰਫ ਅੰਦਰ ਨੂੰ ਸਮਝਾਉਣ ਲਈ। ਇੱਕ ਵਾਰੀ ਕੋਈ ਇਨਸਾਨ ਆਇਆ ਉਸ ਸਾਧੂਆਂ ਦੇ ਆਸ਼ਰਮ ਵਿੱਚ। ਉਹਨੇ ਪ੍ਰਵੇਸ਼ ਕੀਤਾ ਨੌਜਵਾਨ ਨੇ ਤੇ ਉਸ ਸਾਧੂ ਜਿੱਥੇ ਰਹਿ ਰਹੇ ਸਨ ਉਸ ਆਸ਼ਰਮ ਦੇ ਗੁਰੂ ਨੂੰ ਉਸ ਦੇ ਆਗੂ ਨੂੰ ਇਸ ਨੌਜਵਾਨ ਨੇ ਖੱਤ ਜੋੜ ਕੇ ਕਿਹਾ ਬਾਬਾ ਮੈਨੂੰ ਦੀਕਸ਼ਿਤ ਕਰੋ ਮੈਨੂੰ ਦੀਖਿਆ ਦਿਓ। ਤੇ ਉਸ ਸਾਧੂ ਨੇ ਮੁਸਕਰਾ ਕੇ ਕਿਹਾ ਕਹਿਣ ਲੱਗਾ ਹਾਂ ਤੂੰ ਆ ਗਿਆ ਸਾਡੇ ਆਸ਼ਰਮ ਵਿੱਚ 200 ਦੇ ਕਰੀਬ ਮੇਰੇ ਸ਼ਗਿਰਦ ਨੇ। ਤੂੰ ਇੱਕ ਕੰਮ ਕਰੋ ਸਾਹਮਣੇ ਓਖਲੀ ਪਈ ਹੈ ਉਹਦੇ ਵਿੱਚ ਧਾਨ ਪਾ ਕੇ ਇਹਨੂੰ ਕੁੱਟਣਾ ਸ਼ੁਰੂ ਕਰ ਦੇ। ਤੇਰਾ ਕੰਮ ਸਿਰਫ ਧਾਨ ਨੂੰ ਛੱਟਣਾ ਹੈ ਓਖਲੀ ਵਿੱਚ ਡੰਡੇ ਨਾਲ। ਤੂੰ ਉਸ ਮੁੰਜੀ ਕਹਿ ਲਓ ਧਾਨ ਕਹਿ ਲਓ ਝੋਨਾ ਕਹਿ ਲਓ ਆਪਣੇ ਸ਼ਬਦ ਨੇ ਨਾ ਉਹਨੂੰ ਛੱਟਣਾ ਹੈ। ਉਹਨੇ ਦੂਜੀ ਗੱਲ ਕੋਈ ਨਹੀਂ ਕਹੀ। ਕਿਵੇਂ ਗੁਰੂ ਅੱਗ ਤੋਂ ਬਚਾਉਂਦਾ ਹੈ? ਉਹਨੇ ਦੂਜੀ ਗੱਲ ਨਹੀਂ ਕਹੀ, ਸਿਰਫ ਓਖਲੀ ਵਿੱਚ ਧਾਨ ਪਾ ਕੇ ਉਹ ਛੱਟਣ ਲੱਗ ਪਿਆ ਕੁੱਟਣ ਲੱਗ ਪਿਆ। ਨੀਂਦ ਆਉਣੀ ਸੌਂ ਜਾਣਾ ਜਲ ਪਾਣੀ ਪੀਣਾ ਸਰੀਰਕ ਕਿਰਿਆ ਸੋਧਣੀ ਫਿਰ ਉਹਨੂੰ ਕੁੱਟੀ ਜਾਣਾ। ਪਰਤ ਕੇ ਨਾ ਗੁਰੂ ਨੂੰ ਮਿਲਿਆ ਨਾ ਗੁਰੂ ਕੋਲ ਬੈਠਾ ਨਾ ਕਿਸੇ ਹੋਰ ਲੋਕਾਂ ਵਿੱਚ ਵਿਚਰਿਆ। ਸਿਰਫ ਉਹਨੇ ਚੁੱਪ ਧਾਰਨ ਕਰ ਲਈ ਤੇ ਚੁੱਪ ਧਾਰਨ ਕਰਕੇ ਉਹਨੇ ਜਦੋਂ ਸਮਾਂ ਮਿਲਣਾ ਉਸੇ ਵੇਲੇ ਉਸ ਓਖਲੀ ਵਿੱਚ ਪਏ ਹੋਏ ਧਾਨ ਨੂੰ ਕੁੱਟੀ ਜਾਣਾ ਚੌਲ ਤਿਆਰ ਕਰੀ ਜਾਣੇ। ਕਈ ਸਾਲ ਲੰਘ ਗਏ। ਅੱਜ ਉਸ ਆਸ਼ਰਮ ਦਾ ਜੋ ਆਗੂ ਸੀ ਬਿਰਧ ਹੋ ਗਿਆ। ਉਹਨੇ ਇੱਕੋ ਗੱਲ ਕਹੀ, ਸਾਰੇ ਚੇਲੇ ਅੰਦਰ ਬੁਲਾਏ ਆਪ ਕੁਟਿਆ ਵੀ ਸੀ। ਕਹਿਣ ਲੱਗਾ ਬੇਟਾ ਮੇਰਾ ਸਮਾਂ ਨਜ਼ਦੀਕ ਆ ਰਿਹਾ ਹੈ, ਮੈਂ ਚਾਹੁੰਦਾ ਮੈਂ ਆਪਣੇ ਜਾਣ ਤੋਂ ਬਾਅਦ ਇੱਥੇ ਨਿਰੰਤਰ ਪ੍ਰਵਾਹ ਚੱਲਦਾ ਰਹੇ। ਕਿਤਨੇ ਸਾਲ ਤੁਸੀਂ ਮੇਰੀ ਸੰਗਤ ਕੀਤੀ ਮੇਰੇ ਨਾਲ ਰਹੇ ਮੇਰੇ ਨਾਲ ਬ੍ਰਹਮ ਦੀਆਂ ਗੱਲਾਂ ਕੀਤੀਆਂ, ਮੈਂ ਚਾਹੁੰਦਾ ਮੈਂ ਕੁਟਿਆ ਤੋਂ ਬਾਹਰ ਨਿਕਲ ਗਿਆ, ਮੈਂ ਆਪਣੀ ਪਦਵੀ ਤਿਆਗ ਦੇਣੀ ਹੈ ਕਿਸੇ ਹੋਰ ਨੂੰ ਥਾਂ ਦੇਣੀ ਹੈ। ਬਸ ਮੈਂ ਚਾਹਾਂਗਾ ਇੰਨੇ ਸਾਲ ਪੜ੍ਹਾਇਆ ਤੇ ਜੋ ਕੁਝ ਤੁਸੀਂ ਪੜ੍ਹਿਆ ਉਹਨੂੰ ਕਿਸੇ ਫੱਟੀ ਤੇ ਲਿਖ ਕੇ ਮੇਰੀ ਕੁਟਿਆ ਤੋਂ ਬਾਹਰ ਲਟਕਾ ਦਿਓ ਜਾਂ ਕੋਲੇ ਲੈ ਕੇ ਮੇਰੀ ਕੁਟਿਆ ਦੀ ਮਿੱਟੀ ਦੀ ਬਣੀ ਹੋਈ ਕੰਧ ਤੇ ਲਿਖ ਦਿਓ। ਮੈਂ ਦੇਖਣਾ ਚਾਹਾਂਗਾ ਕਿ ਤੁਹਾਡਾ ਅੰਦਰ ਕਿੰਨਾ ਕੁ ਹੈ, ਕਿਹੜੀ ਮੁਕਾਮ ਕਿਹੜੇ ਮੁਕਾਮ ਤੇ ਤੁਸੀਂ ਪਹੁੰਚੇ ਹੋ। ਤੇ ਜੇ ਸਹੀ ਨਿਕਲੇਗਾ ਜੋ ਪਾਸ ਹੋਵੇਗਾ ਉਸ ਨੂੰ ਮੈਂ ਆਪਣੇ ਤੋਂ ਬਾਅਦ ਵਾਰਸ ਥਾਪਾਂਗਾ। ਹੁਣ ਉਹ ਚੇਲੇ ਆਪਸ ਸੋਚੀ ਪੈ ਗਏ, ਰਾਤ ਸਾਰੀ ਸੋਚਿਆ, ਦਿਨ ਸਾਰਿਆਂ ਨੇ ਕਿਹਾ ਹੁਣ ਇੱਕੋ ਕੰਮ ਕਰੀਏ ਆਪਾਂ ਗੁਰੂ ਤੇ ਗੱਲ ਛੱਡੀਏ।
ਆਪਣੇ ਆਪਣੇ ਵਿਚਾਰ ਨਾਲ ਲਿਖੀਏ, ਸਾਰੇ ਇੱਕੋ ਵਿਚਾਰ ਲਿਖਦੇ ਹੋ ਤੇ ਗੁਰੂ ਜਿਹਨੂੰ ਕਹੇਗਾ ਆਪਾਂ ਉਹਨੂੰ ਮੰਨ ਲਾਂਗੇ। ਸਾਰਿਆਂ ਨੇ ਰਾਤ ਵਿਚਾਰ ਕੀਤੀ, ਸਵੇਰੇ ਕੋਲਾ ਲੈ ਕੇ ਉਸ ਕੁਟੀਆ ਦੀ ਕੰਧ ਉੱਤੇ ਲਿਖ ਦਿੱਤਾ, ਮਨ ਇੱਕ ਦਰਪਣ ਹੈ, ਮਨ ਇੱਕ ਸ਼ੀਸ਼ਾ ਹੈ, ਇਸ ਉੱਪਰ ਕਈ ਜਨਮਾਂ ਦੀ ਧੂੜ ਜੰਮੀ ਹੈ ਤੇ ਗੁਰੂ ਮਨ ਦੇ ਦਰਪਣ ਨੂੰ ਆਪਣੀ ਕਿਰਪਾ ਕਟਾਕਸ਼ ਦੇ ਨਾਲ ਸਾਫ ਕਰਦਾ ਹੈ। ਧਿਆਨ ਦੇ ਅੱਜ ਤਿੰਨ ਸ਼ਬਦ ਸਨ ਕਿ ਮਨ ਇੱਕ ਦਰਪਣ ਹੈ, ਕਈ ਜਨਮਾਂ ਦੀ ਧੂੜ ਜੰਮੀ ਹੈ ਤੇ ਗੁਰੂ ਇਸ ਧੂੜ ਨੂੰ ਆਪਣੀ ਕਿਰਪਾ ਕਟਾਕਸ਼ ਨਾਲ ਸਾਫ ਕਰ ਦਿੰਦੇ ਨੇ, ਮਨ ਦਰਪਣ ਨਿਰਮਲ ਹੋ ਜਾਂਦਾ ਹੈ। ਕਹਿੰਦੇ ਨੇ ਇਹ ਗੱਲ ਉਹਨਾਂ ਨੇ ਕੁਟੀਆ ਦੇ ਉੱਤੇ ਲਿਖ ਦਿੱਤੀ। ਗੁਰੂ ਅੱਜ ਬਾਹਰ ਨਿਕਲਿਆ, ਸਾਧੂ ਮਨ ਚ ਆਇਆ, ਪਤਾ ਨੀ ਇੰਨੇ ਦਿਨਾਂ ਦੇ ਪੜਾਏ ਅੱਜ ਕਿਸ ਮੁਕਾਮ ਤੇ ਪਹੁੰਚੇ ਨੇ। ਜਦੋਂ ਉਹਨੇ ਪੜਿਆ, ਦੇਖਿਆ ਮਨ ਦਰਪਣ ਹੈ, ਗੁਰੂ ਉੱਤੇ ਜੰਮੀ ਹੋਈ ਧੂੜ ਦੇ ਕਣ ਉਤਾਰ ਦਿੰਦਾ, ਨਿਰਮਲ ਕਰ ਦਿੰਦਾ। ਗੁਰੂ ਵੇਖ ਕੇ ਰੋ ਪਿਆ, ਕਹਿਣ ਲੱਗਾ ਗੱਲ ਤੁਸੀਂ ਚੰਗੀ ਕਹੀ ਪਰ ਮੇਰੀ ਤਸੱਲੀ ਨਹੀਂ ਹੋਈ। ਗੱਲ ਤੁਸੀਂ ਗਲਤ ਨਹੀਂ ਕਹੀ, ਗੱਲ ਤੁਹਾਡਾ ਜਿਹੜਾ ਇਹ ਦਲੀਲ ਹੈ, ਤੁਹਾਡੀ ਦਲੀਲ ਬਿਲਕੁਲ ਦਰੁਸਤ ਹੈ ਪਰ ਮੇਰੀ ਸੰਤੁਸ਼ਟੀ ਨਹੀਂ। 200 ਚੇਲਾ ਕੰਬ ਗਿਆ, ਇੰਨੇ ਸਾਲਾਂ ਦੀ ਕਮਾਈ। ਕਹਿਣ ਲੱਗੇ ਕਿੱਥੋਂ ਪਤਾ ਲੱਗੇ? ਕਹਿਣ ਲੱਗੇ ਉਹ ਜਿਹੜਾ ਧਾਨ ਛੱਡਦਾ ਪਿਆ ਉਹਦੇ ਤੋਂ ਪੁੱਛ ਗਿਆ, ਉਹਦੇ ਕੀ ਵਿਚਾਰ ਨੇ। ਧਿਆਨ ਦੇ ਅੱਜ ਮੈਂ ਸਿਰਫ ਬੇਨਤੀ ਕਰਨਾ ਪਿਆਰਿਓ, ਗੁਰਮਤ ਕਮਾਣੀ ਕੱਲਾ ਤਰਕ ਨਹੀਂ, ਵਿਗਿਆਨ ਤਰਕ ਨਾਲ ਹੋ ਸਕਦਾ, ਇਹਨੂੰ ਤੋੜੋ ਇਹਨੂੰ ਤੋੜੋ ਆਹ ਕੁਛ ਨਿਕਲੇਗਾ, ਪਰ ਗੁਰਮਤ ਤਾਂ ਕੇਵਲ ਭਾਵ ਹੈ, ਭਾਵਨਾ ਹੈ। ਹਾਂ, ਰੱਬ ਤੇ ਭਾਵਨਾ ਹੋਵੇ, ਪੂਰੇ ਗੁਰੂ ਤੇ ਭਾਵਨਾ ਹੋਵੇ। ਜਦੋਂ ਉਸ ਓਖਰੀ ਵਿੱਚ ਛੱਡਦੇ ਡੰਡੇ ਮਾਰਦੇ ਕੋਲ ਗਏ, ਸਾਰੇ ਚੇਲਿਆਂ ਨੇ ਜਾ ਕੇ ਕਿਹਾ, ਕਹਿਣ ਲੱਗੇ ਰੁਕ ਇੱਕ ਮਿੰਟ। ਕਹਿਣ ਲੱਗਾ ਦੱਸੋ। ਕਹਿੰਦੇ ਨੇ ਆਹ ਗੱਲ ਹੈ, ਤੇਰਾ ਇਹਦੇ ਬਾਰੇ ਕੀ ਖਿਆਲ ਹੈ? ਉਹਨੇ ਕਿਹਾ ਤੁਸੀਂ ਕੀ ਲਿਖਿਆ? ਕਹਿਣ ਲੱਗੇ ਸੀ ਲਿਖਿਆ ਮਨ ਦਰਪਣ ਗੁਰੂ ਧੂੜ ਨੂੰ ਲਾਹ ਦਿੰਦਾ, ਮਨ ਦੇ ਦਰਪਣ ਦੀ ਧੂੜ ਸਾਫ ਕਰਦਾ। ਉਸਨੇ ਨਾਲ ਛੱਡੀ ਗਿਆ, ਨਾਲ ਕਹਿੰਦਾ ਮੇਰੇ ਕੋਲ ਵਕਤ ਨਹੀਂ, ਮੈਂ ਸਿਰਫ ਆਪਣੇ ਗੁਰੂ ਦਾ ਹੁਕਮ ਕਮਾ ਰਿਹਾ ਵਾਂ। ਪਹਿਲੇ ਦਿਨ ਆਇਆ ਸਾਂ, ਹੱਥ ਵਿੱਚ ਡੰਡਾ ਪਕੜਾ ਕੇ ਕਿਹਾ ਸੀ ਦੀਖਿਆ ਮੰਗੀ, ਤੇ ਇੱਕੋ ਗੱਲ ਕਹੀ ਸੀ ਆ ਧਾਨ ਛੱਡੀ ਜਾ, ਪਰ ਮੈਂ ਹੁਕਮ ਮੰਨਣਾ ਚਾਹੁੰਦਾ, ਮੇਰੇ ਕੋਲ ਵਕਤ ਹੈ, ਮੈਂ ਸੋਟਾ ਮਾਰਨਾ, ਮੇਰੇ ਕੋਲ ਗਿਆਨ ਕੋਲੀ, ਮੈਂ ਲਿਖਣ ਜੋਗਾ ਕੋਲੀ, ਸਿਰਫ ਮੈਂ ਬੋਲਾਂਗਾ ਤੇ ਜੋ ਬੋਲਾਂਗਾ ਤੁਸੀਂ ਲਿਖ ਲਿਆ ਜੇ, ਤੇ ਲਿਖ ਕੇ ਜਾ ਕੇ ਕੁਟੀਆ ਅੱਗੇ ਲਟਕਾ ਦੇਣਾ। ਕਹਿਣ ਲੱਗਾ ਤੁਸੀਂ ਕੀ ਲਿਖਿਆ? ਉਹਨਾਂ ਦੱਸਿਆ, ਹੱਸ ਕੇ ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਇਸ ਤੋਂ ਇੱਕ ਕਦਮ ਅੱਗੇ ਚੱਲੋ। ਤੁਸੀਂ ਕਹਿ ਰਹੇ ਹੋ ਮਨ ਸਾਡਾ ਦਰਪਣ ਹੈ, ਧੂਲ ਜੰਮੀ, ਗੁਰੂ ਨੇ ਲਾ ਦਿੱਤੀ, ਇੱਥੇ ਲਿਖਦੇ ਹੋ ਮਨ ਰਿਹਾ ਹੀ ਨਹੀਂ, ਮਨ ਤੇ ਗੁਰੂ ਖੋ ਕੇ ਲੈ ਗਿਆ ਹੈ। ਸਮਝੋ ਗੱਲ, ਇਹਦਾ ਮਤਲਬ ਤੁਸੀਂ ਅਜੇ ਵੀ ਨਿਰਮਲ ਮਨ ਤੇ ਆਪਣੀ ਹੌਂਕ ਪਕੜੀ ਬੈਠੇ ਹੋ ਕਿ ਸਾਡਾ ਮਨ ਗੁਰੂ ਨਿਰਮਲ ਕੀਤਾ? ਲਿਖਦੇ ਹੋ ਮਨ ਹੈ ਹੀ ਨਹੀਂ, ਲੁਟੇਰਾ ਹੈ ਗੁਰੂ, ਮਨ ਲੁੱਟ ਕੇ ਲੈ ਗਿਆ, ਕੁਟੀਆ ਵੀ ਲਾ ਦਿਓ। ਲਿਖਿਆ ਜਾ ਕੇ ਕਿ ਮਨ ਹੋ ਚੁੱਕਾ ਹੈ, ਮਨ ਹੈ ਹੀ ਨਹੀਂ, ਮਨ ਤਾਂ ਗੁਰੂ ਲੈ ਗਿਆ। ਜਦੋਂ ਕੁਟੀਆ ਅੱਗੇ ਲਿਖਿਆ, ਸਾਧੂ ਬਾਹਰ ਨਿਕਲਿਆ, ਉਹਨੇ ਦੌੜ ਕੇ ਰੋਂਦੇ ਹੋਏ ਨੇ ਧਾਨ ਛੱਡਦੇ ਨੂੰ ਗਲੇ ਨਾਲ ਲਾ ਕੇ ਕਿਹਾ, ਕਹਿਣ ਲੱਗਾ ਬੇਟਾ ਮੇਰੇ ਗਿਆਨ ਨੂੰ ਸਿਰਫ ਤੂੰ ਸਮਝਿਆ ਹੈ, ਅੱਜ ਤੋਂ ਬਾਅਦ ਇਸ ਆਸ਼ਰਮ ਦਾ ਆਗੂ ਤੂੰ ਬਣੇਗਾ। ਫਰਕ ਹੈ, ਹਜ਼ੂਰ ਕਹਿੰਦੇ ਨੇ ਜੇ ਤੂੰ ਇਸ ਅੱਗ ਤੋਂ ਬਚਣਾ ਚਾਹੁੰਦਾ ਤੇ ਸਾਈਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦੇ। ਸਾਈਂ ਮੇਰਾ ਚੰਗਾ ਕੀਤਾ, ਸਾਈਂ ਨੇ ਤਾਂ ਚੰਗਾ ਕੀਤਾ ਜਦੋਂ ਸਾਈਂ ਦੇ ਚਰਨਾਂ ਵਿੱਚ ਡਿੱਗ ਪਏ। ਪਰ ਇੱਥੇ ਆਪਾਂ ਦੇਖਦੇ ਹਾਂ, ਭਾਈ ਜੀ ਨੇ, ਭਾਈ ਸਾਹਿਬ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ। ਉਹ ਕਹਿੰਦੇ ਨੇ ਜਿੱਥੇ ਅੱਗ ਬੁੱਝਣੀ ਸੀ ਉੱਥੇ ਵੀ ਲੋਕੀ ਅੱਗ ਦੀਆਂ ਚਿੰਗਾਰੀਆਂ ਨੂੰ ਹਵਾ ਦੇਈ ਜਾਂਦੇ ਨੇ। ਇਹਦੇ ਵਿੱਚ ਮੈਨੂੰ ਕਹਿਣ ਵਿੱਚ ਕੋਈ ਗੁਰੇਜ ਨਹੀਂ, ਸਾਡਾ ਕੋਈ ਕੌਮੀ ਨਿਸ਼ਾਨਾ ਨਹੀਂ, ਆਪਣੀ ਆਪਣੀ ਕੌਮ ਹੈ। ਜੇ ਕੋਈ ਸਿਆਣਾ ਅੱਗੇ ਤੁਰਨ ਦਾ ਯਤਨ ਕਰਦਾ ਤੇ ਅਸੀਂ ਯਤਨ ਕਰਨੇ ਆਪਣੀਆਂ ਚਿੰਗਾਰੀਆਂ ਨਾਲ ਉਹਨੂੰ ਵੀ ਸਾੜਨ ਦੇ ਲਈ।
ਭਾਈ ਗੁਰਦਾਸ ਨੇ ਸ਼ਬਦ ਬੜੇ ਸੋਹਣੇ ਕਿਹਾ, ਉਹ ਕਹਿਣ ਲੱਗੇ ਨਦੀ ਵਿੱਚ ਪਈ ਕੋਈ ਨੌਕਾ ਇਸ ਕਰਕੇ ਹੈ ਕਿ ਇਸ ਨੇ ਪਾਣੀ ਵਿੱਚੋਂ ਤੈਨੂੰ ਬਚਾਉਣਾ ਹੈ, ਪਾਣੀ ਇਸ ਕਰਕੇ ਵੀ ਇਹਨੇ ਅੱਗ ਬੁਝਾਣੀ ਹੈ, ਘਰ ਨੂੰ ਅੱਗ ਲੱਗੇ, ਪਾਣੀ ਦੀਆਂ ਬਾਲਟੀਆਂ ਲਿਆਏ ਤੇ ਅੱਗ ਬੁਝੇਗੀ, ਤੇ ਜਿਸ ਪਾਣੀ ਨੇ ਅੱਗ ਬੁਝਾਣੀ ਉਸ ਪਾਣੀ ਵਿੱਚ ਹੀ ਅੱਗ ਲੱਗ ਜਾਏ, ਫਿਰ ਅੱਗ ਕਿਹਦੇ ਨਾਲ ਬੁਝਾਓਗੇ? ਇਹਦਾ ਮਤਲਬ ਭਾਈ ਸਾਹਿਬ ਦੇ ਵੇਲੇ ਇਹ ਹਰਕਤਾਂ ਹੋਣੀਆਂ ਸ਼ੁਰੂ ਹੋਈਆਂ। ਕਹਿਣ ਲੱਗੇ ਬਾਹਰ ਦੀ ਅੱਗ ਪਾਣੀ ਨਾਲ ਬੁਝਦੀ ਹੈ, ਪਰ ਜੇ ਪਾਣੀ ਵਿੱਚ ਅੱਗ ਦੇ ਭਾਂਬੜ ਵੱਜਣ ਤੇ ਕਿੱਥੇ ਜਾਏਗਾ? ਬਾਹਰ ਚੋਰਾਂ ਤੋਂ ਡਰਦਾ ਹੋਇਆ ਤੂੰ ਕਿਲੇ ਵਿੱਚ ਆਏ, ਤੇ ਜੇ ਕਿਲੇ ਵਿੱਚ ਪਹਿਰੇਦਾਰ ਤੇਰਾ ਸਿਰ ਕੱਟ ਲੈ, ਤੇਰੀ ਜੇਬ ਕੱਟ ਲੈ, ਕਿਹੜੀ ਥਾਂ ਤੇ ਜਾਏਗਾ? ਬਾਹਰੋਂ ਡਰਦਾ ਹੋਇਆ ਤੂੰ ਰਾਜੇ ਕੋਲ ਫਰਿਆਦ ਕਰਨ ਲਈ ਸਿਰ ਝੁਕਾਇਆ, ਜੇ ਤੇਰੇ ਝੁਕੇ ਹੋਏ ਸਿਰ ਨੂੰ ਰਾਜਾ ਹੀ ਕਲਮ ਕਰਦਾ, ਕਿੱਥੋਂ ਇਨਸਾਫ਼ ਦੀ ਗੱਲ ਆਸ ਰੱਖੇਗਾ? ਬਾਹਰ ਦੀ ਅੱਗ ਤੋਂ ਬਚਣ ਲਈ ਤੂੰ ਗੁਰੂ ਕੋਲ ਆਉਣਾ, ਤੇ ਜੇ ਗੁਰੂ ਕੋਲ ਵੀ ਤੇਰੇ ਭਾਂਬੜ ਬਲਦੇ ਰਹੇ ਤੇ ਕਿਹੜੀ ਥਾਂ ਸੀ ਜਾ ਕੇ ਬਜਾਏਗਾ? ਕੋਈ ਥਾਂ ਹੈ? ਭਾਈ ਸਾਹਿਬ ਦਾ ਬਚਨ ਹੈ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ। ਸਰਤਾ ਦਾ ਅਰਥ ਹੈ ਨਦੀ, ਬਾਹਰ ਦੀ ਅੱਗ ਨਦੀ ਦੇ ਪਾਣੀ ਨਾਲ ਬੁਝ ਜਾਂਦੀ ਹੈ। ਬਾਹਰ ਕੀ ਅਗਨ ਬੂਝਤ ਜਲ ਸਰਤਾ ਮੈਂ, ਨਾਓ ਮੈਂ ਜੋ ਲਾਗੈ ਅਗਨ ਕੈਸੇ ਕੈ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਏ ਤੋ ਕੋਟ ਗੜ, ਪਿਆਰਿਓ ਗੜ ਮੈਂ ਜੋ ਲੂਟ ਲੀਜੇ ਕਹੋ ਕੱਤ ਜਾਈਏ। ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦਰ, ਮਾਰੇ ਮਖੀਫਤ ਜੀਓ ਕੈਸੇ ਕਹਿ ਬਚਾਈਏ। ਕਹਿ ਲੱਗੇ ਮਾਇਆ ਡਰ ਡਰ ਪਤਹਾਰ ਗੁਰਦੁਆਰਾ ਜਾਵੇ, ਤਾਂ ਜੋ ਮਾਇਆ ਵਿਆਪੈ ਕਾਹਾਂ ਠਹਿਰਾਈਏ। ਜੇ ਇੱਥੇ ਵੀ ਅੱਗ ਦੀਆਂ ਚਿੰਗਾਰੀਆਂ ਨਾ ਬੁੱਝੀਆਂ ਤੇ ਕਿੱਥੇ ਜਾਣਗੇ? ਬਾਬੇ ਫਰੀਦ ਜੀ ਨੇ ਇਹੀ ਕਾਰਨ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਜਿਹੜੀ ਜ਼ਮੀਨ ਪਾਣੀ ਵਿੱਚ ਰਹਿ ਕੇ ਸੜ ਗਈ, ਜਿਹਦੇ ਫਸਲ ਜਿਹਦੇ ਬੂਟੇ ਪਾਣੀ ਵਿੱਚ ਸੜ ਗਏ, ਤੁਹਾਨੂੰ ਕਿੰਨਾ ਕੁ ਪਾਣੀ ਖੋਰ ਦਿਓਗੇ? ਸੂਰਜ ਦੀਆਂ ਕਿਰਨਾਂ ਨਾਲ ਸੁੱਕੀ ਹੋਈ ਨੂੰ ਤੇ ਪਾਣੀ ਖਰਿਆ ਕਰ ਦੇਗਾ, ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਗਈ ਉਹਨੂੰ ਕਿਤੇ ਹਰਿਆ ਕਰਾਂਗੇ? ਬਾਣੀ ਕਾਹਦੇ ਲਈ ਹੈ? ਸਿਮਰਨ ਕਾਹਦੇ ਲਈ ਹੈ? ਅੰਦਰ ਨੂੰ ਖਰਿਆ ਕਰਨ ਲਈ। ਤੇ ਜੇ ਇੱਥੇ ਰਹਿੰਦਿਆਂ ਵੀ ਚਿੰਗਾਰੀਆਂ ਬਲਦੀਆਂ ਰਹੀਆਂ ਤੇ ਪਿਆਰਿਓ ਕਿਹੜੀ ਥਾਂ ਤੇ ਬੁਝਾਣੀਆਂ ਨੇ? ਬਾਬਾ ਜੀ ਨੇ ਕਿਹਾ ਤੱਤੀ ਤੋਏ ਨਾ ਪੱਲਵੈ, ਤੋਏ ਦਾ ਅਖਰੀ ਅਰਥ ਹੈ ਪਾਣੀ, ਤੱਤੀ ਦਾ ਅਰਥ ਹੈ ਜ਼ਮੀਨ ਜਿਹੜੀ ਗਰਮ ਹੋ ਗਈ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਫਰੀਦਾ ਜੋ ਦੁਹਾਜਣ ਰੱਬ ਦੀ ਚੂਰੇ ਦੀ ਚੂਰੇ ਕਿੱਥੇ ਜਾਏਗਾ? ਹਜ਼ੂਰ ਦੇ ਬਚਨ ਵੱਲ ਆਈਏ, ਕਿਵੇਂ ਅੱਗ ਬੁੱਝੇ ਸਾਈ ਮੇਰਾ ਚੰਗਾ ਕੀਤਾ, ਕਿਵੇਂ ਚੰਗਾ ਕੀਤਾ? ਅਗਨ ਸਾਗਰ ਬੂਟ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਗੁਰੂ ਨੇ ਕਿਰਪਾ ਕਰਕੇ ਬਾਂਹ ਪਕੜ ਕੇ ਮੈਨੂੰ ਬਚਾ ਲਿਆ। ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹ ਰਿਹਾ ਸੱਚ, ਦੇਖੋ ਕਿੰਨੀ ਨਿਮਰਤਾ ਵਿੱਚ ਜੇ ਅੱਗ ਬੁਝਾਣੀ ਹੈ। ਬਾਬਾ ਜੀ ਨੇ ਸ਼ਬਦ ਕਿਹਾ, ਉਹ ਤੋਂ ਕਹਿ ਸਾਧ ਨਾਨਕ ਦੀਵਾਨ, ਇਸ ਤੋਂ ਕੋਲ ਧਿਆਨ ਦੇ ਅੱਜ, ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ, ਮਲਾ ਰਾਗ ਦੀ ਇਹ ਤੁਕ ਹੈ। ਅੱਗ ਬੁਝਾਉਣ ਲਈ ਇੰਨੀ ਨਿਮਰਤਾ ਤੇਰੇ ਕੋਲ ਹੋਏਗੀ ਸਾਈਂ ਦੇ ਚਰਨਾਂ ਵਿੱਚ ਇਹ ਕਹਿ ਸਕੇਗਾ? ਮਨਾ ਜਿਹੜੀ ਗੱਲ ਬਾਬੇ ਨਾਨਕ ਨੇ ਕਹੀ, ਸਗ ਨਾਨਕ ਦੀਵਾਨ, ਸਗ ਦਾ ਅਖਰੀ ਅਰਥ ਹੁੰਦਾ ਕੁੱਤਾ, ਨਾਨਕ ਦਾ ਅਰਥ ਧੰਨ ਗੁਰੂ ਨਾਨਕ ਸਾਹਿਬ ਜੀ, ਦੀਵਾਨ ਦਾ ਅਰਥ ਹੈ ਦਰਬਾਰ। ਹੇ ਵਾਹਿਗੁਰੂ ਜੀ, ਮੈਂ ਸ਼ਬਦ ਕਿਵੇਂ ਦੇ ਅਰਥ ਕਰਾਂ ਮੇਰੇ ਬਾਬਾ? ਐਵੇਂ ਕਹਿਣ ਮਾਤਰ ਨੀ ਸਾਡੀ ਜ਼ੁਬਾਨ ਕਹਿ ਦੇਗੀ, ਸਗ ਨਾਨਕ ਦੀਵਾਨ। ਸਿਰ ਮੈਂ ਅਰਥ ਕਰ ਰਿਹਾ, ਮੈਨੂੰ ਬਾਬਾ ਜੀ ਬਖਸ਼ ਦਿਆ ਜੇ ਕਿ ਨਾਨਕ ਵਾਹਿਗੁਰੂ ਤੇਰੇ ਦਰਬਾਰ ਦਾ ਕੁੱਤਾ ਹੈ। ਮਸਤਾਨਾ, ਪਰ ਮੈਨੂੰ ਮਸਤੀ ਚੜ ਗਈ, ਮੈਂ ਮਸਤਾਨਾ ਹੋ ਗਿਆ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ, ਤੂੰ ਕਿਰਪਾ ਕਰ ਦਿੱਤੀ, ਜਿੱਦਣ ਦਾ ਦੌਰਾ ਕੀਤੇ ਦਿਨ ਰਾਤ ਮਸਤੀ ਚੜੀ ਜਾਂਦੀ, ਹੁਣ ਤਾਂ ਹੋਰ ਹੀ ਆਨੰਦ ਆ ਗਿਆ ਹੈ। ਅਗਲੀ ਤੁਕ ਵੱਲ ਧਿਆਨ ਦਿਓ, ਕਿਵੇਂ ਸਾਈ ਮੇਰਾ ਚੰਗਾ ਕੀਤਾ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਆਤਿਸ਼ ਦਾ ਅਰਥ ਅੱਗ, ਦੁਨੀਆਂ ਅੱਗ ਦੇ ਭਾਂਬੜ ਹੈ,
ਖੁਣਖ ਖੁਣਖ ਦਾ ਅਰਥ ਹੈ ਟੰਡਾ, ਖੁਦਾਇਆ ਦਾ ਅਰਥ ਹੈ ਰੱਬ। ਜੇ ਦੁਨੀਆਂ ਦੀ ਅੱਗ ਕੋਈ ਬਜਾ ਸਕਦਾ ਹੈ ਤੇ ਸਿਰਫ ਰੱਬ ਦਾ ਨਾਮ ਹੀ ਬਜਾ ਸਕਦਾ। ਬਾਬਾ ਜੀ ਨੇ ਅੱਜ ਬਚਨ ਕੀਤੇ ਨੇ, ਕਹਿਣ ਲੱਗੇ ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਕਿਜ ਨਾ ਬੁੱਝੈ, ਕਿਜ ਨਾ ਸੁੱਝੈ। ਕੋਈ ਸਮਝ ਨਹੀਂ ਪੈਂਦੀ ਪਈ, ਕੋਈ ਸੋਝ ਨਹੀਂ, ਕੋਈ ਬੋਝ ਨਹੀਂ। ਸੁੱਝੈ ਬੁੱਝੇ ਦਾ ਅਰਥ ਹੈ ਸੂਝ ਬੂਝ ਕੋਈ ਨਹੀਂ। ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਕੁਝ ਨਹੀਂ ਸਮਝ ਪੈਂਦੀ ਪਈ। ਦੁਨੀਆਂ ਗੁੱਝੀ ਪਾਏ, ਕਹਿੰਦੇ ਨੇ ਵਾਹਿਗੁਰੂ ਜੀ ਕਿਹਦੇ ਤੇ ਭਰੋਸਾ ਕਰਕੇ ਕਹੀਏ? ਪੂਰਾ ਹੈ ਜਿਹਨੂੰ ਸਮਝਣੇ ਹੈ, ਬੰਦਾ ਬੜਾ ਧਰਮੀ ਹੈ। ਜਿੱਦਣ ਉਹਦੇ ਅੰਦਰੋਂ ਕੋਈ ਅੱਗ ਦੀ ਚੰਗਿਆਰੀ ਭੜਕਦੀ ਹੈ, ਫਿਰ ਮਨ ਕਹਿੰਦਾ ਐਵੇਂ ਭੁਲੇਖੇ ਚ ਹੈ, ਦੱਬੀ ਹੋਈ ਸੀ, ਅੱਜ ਭੜਕ ਗਈ। ਗੁੱਝੀ ਪਾਏ ਤੇ ਗੁੱਝੀ ਹੈ। ਵਾਸਨਾਵਾਂ ਕੀ ਨੇ? ਅਸਲ ਵਿੱਚ ਇਹ ਐਸੀ ਖੇਡ ਹੈ। ਪਿਛਲੇ ਦਿਨ ਇੱਕ ਮੈਂ ਬੇਨਤੀ ਕੀਤੀ ਸੀ, ਦੇਖੋ ਗੁਰਮੁਖੋ ਧਿਆਨ ਵਿੱਚ ਜ਼ਰੂਰ ਬੈਠਿਆ ਕਰੋ, ਜਿਹੜੇ ਸੱਚੀ ਮੁੱਚੀ ਇਸ ਮਾਰਗ ਦੇ ਪਾਂਧੀ ਨੇ। ਕਦੀ ਨੇਤਰ ਬੰਦ ਕਰਕੇ ਆਪਣੀ ਫੋਟੋ ਦੇਖੋ। ਅਸੀਂ ਕਹਿੰਦੇ ਮਨ ਨਹੀਂ ਲੱਗਦਾ, ਮੈਂ ਇਹਨੇ ਕਹਿੰਦਾ ਜਿਹੜਾ ਨਹੀਂ ਲੱਗਦਾ ਘੱਟੋ ਘੱਟ ਉਹਨੂੰ ਤਾਂ ਦੇਖੋ, ਇਹ ਕਰਦਾ ਕੀ ਪਿਆ ਹੈ। ਜਿਸ ਬੰਦੇ ਨੂੰ ਰੋਗ ਬਾਰੇ ਸਮਝ ਪੈ ਗਈ, ਉਹ ਕਿਤੇ ਨਾ ਕਿਤੋਂ ਦਾਰੂ ਵੀ ਲੱਭ ਲਏਗਾ। ਜਿਹੜਾ ਤੁਰਿਆ ਫਿਰੇ ਰੋਗ ਦੀ ਸਮਝ ਨਾ ਹੋਵੇ, ਦਾਰੂ ਕਿੱਥੋਂ ਕਰੇਗਾ। ਬਾਬਾ ਜੀ ਨੇ ਇੱਕ ਬਚਨ ਕਿਹਾ ਪਿਛਲੇ ਦਿਨ, ਵੈਸੇ ਮੈਂ ਉਹਦੀ ਵਿਆਖਿਆ ਕਰ ਆਇਆ, ਅੱਜ ਫਿਰ ਉਹ ਟੁੱਕਦਾ। ਕਹਿਣ ਲੱਗੇ ਅੰਦਰ ਚਿੰਗਾਰੀਆਂ ਨੇ, ਅੰਦਰ ਸੂਈਆਂ ਨੇ, ਬਾਹਰੋਂ ਹਵਾ ਮਿਲਦੀ ਹੈ ਤੇ ਅੱਗ ਬਣ ਜਾਂਦੀਆਂ ਨੇ। ਹਵਾ ਕੌਣ ਦਿੰਦੀਆਂ ਨੇ, ਅੱਗ ਕੌਣ ਭੜਕਾਉਂਦੀਆਂ ਨੇ? ਬਾਬਾ ਜੀ ਨੇ ਕਿਹਾ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ। ਆ ਰੋਕ ਇਹਨਾਂ ਕੁੰਜਾਂ ਨੂੰ, ਇਹਨਾਂ ਇੰਦਰੀਆਂ ਨੂੰ ਅੰਦਰ ਹਵਾ ਪਈਆਂ ਦਿੰਦੀਆਂ ਨੇ। ਅਗਲਾ ਬਚਨ ਹੈ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ ਮਨੋ ਚੰਦਲੀਆਂ, ਜਿਨ੍ਹਾਂ ਨੇ ਤੇਰੇ ਅੰਦਰ ਅੱਗ ਨੂੰ ਮਚਾਇਆ ਹੋਇਆ ਹੈ। ਹੁਣ ਇੰਦਰੀਆਂ ਅਸੀਂ ਕਹਾਂਗੇ ਕਿਵੇਂ ਰੋਕੀਏ ਜੀ? ਅੱਖਾਂ ਬੰਦ ਕਰਕੇ ਬਹਿ ਗਏ, ਕੰਨਾਂ ਵਿੱਚ ਉਂਗਲਾਂ ਦੇ ਲਈਆਂ, ਦੋ ਘੜੀਆਂ ਮੈਂ ਜ਼ਬਾਨ ਬੰਦ ਕਰ ਲਈ, ਕਿ ਇੰਦਰੀਆਂ ਰੋਕੀਆਂ ਨੇ? ਨਹੀਂ, ਇਹ ਇੰਦਰੀਆਂ ਸਿਰਫ ਦੇਖਣ ਵਾਸਤੇ ਇੰਸਟਰੂਮੈਂਟਸ ਨੇ, ਅੱਖਾਂ ਦੇਖਣ ਵਾਸਤੇ ਨੇ, ਪਰ ਅੱਖਾਂ ਵਾਚਣਾ ਨਹੀਂ। ਜੇ ਕੋਈ ਅੱਖਾਂ ਦਾ ਓਪਰੇਸ਼ਨ ਕਰੇ ਤੇ ਅੱਖਾਂ ਦੀ ਜੋਤ ਨੂੰ ਦੇਖ ਸਕਦਾ, ਪਰ ਚੇਤੇ ਰੱਖਿਓ ਅੱਖਾਂ ਦੀ ਜੋਤ ਵਿੱਚੋਂ ਵਾਸ਼ਨਾ ਵੀ ਦਿਸੇਗੀ। ਇਸ ਨੂੰ ਥੋੜਾ ਜਿਹਾ ਬਰੀਕੀ ਨਾਲ ਕਿਵੇਂ ਅੱਗ ਭੜਕਦੀ ਹੈ, ਇਹਨਾਂ ਅੱਖਾਂ ਦੇ ਪਿੱਛੇ ਜਿਹੜੀ ਵਾਸ਼ਨਾ ਹੈ ਉਹ ਚਿੰਗਾਰੀਆਂ ਭੜਕਾਉਂਦੀ ਹੈ। ਕੰਨ ਤੇ ਸਿਰਫ ਸੁਣਨ ਵਾਲੇ ਕੀ ਯੰਤਰ ਨੇ, ਪਰ ਸੁਣ ਕੇ ਜਿਹੜੀਆਂ ਗੱਲਾਂ ਮਨ ਤੱਕ ਪਹੁੰਚਾਉਂਦਾ ਤੇ ਅੰਦਰ ਦੀ ਬਿਰਤੀ ਉਹ ਅੱਗ ਨੂੰ ਹਵਾ ਦਿੰਦੀ ਹੈ। ਗੁਰੂ ਜੀ ਕਹਿੰਦੇ ਨੇ ਕਿ ਦੇਖੋ ਦੁਨੀਆਂ ਇੱਕ ਗੁੱਝੀ ਅੱਗ ਹੈ। ਲੋਕ ਧਰਮ ਦੇ ਬਾਣੀ ਪਾ ਕੇ ਅੱਗ ਨੂੰ ਢੱਕ ਕੇ ਬੈਠੇ ਨੇ। ਲੋਕ ਬਾਹਰੋਂ ਵਿਖਾਵਾ ਕਰਕੇ ਸੋਚਦੇ ਨੇ ਸ਼ਾਇਦ ਇਹ ਅੱਗ ਨਹੀਂ ਬਲਣੀ। ਕਹਿੰਦੇ ਨੇ ਨਹੀਂ, ਅਰਦਾਸ ਕਰੋ ਇਹ ਚਿੰਗਾਰੀਆਂ ਹੀ ਬੁੱਝ ਜਾਣ। ਕਿ ਜਿੰਨਾ ਬੁੱਝੈ, ਇਹਦਾ ਮਤਲਬ ਬਾਬਾ ਜੀ ਨੇ ਦੇਖਿਆ ਲੋਕਾਂ ਨੂੰ ਨੇੜੇ ਹੋ ਕੇ। ਉਹ ਤਾਂ ਇੱਕ ਗੱਲ ਬੜੀ ਸੋਹਣੀ ਸੁਣਾਉਂਦੇ ਸਨ, ਉਹਨਾਂ ਦੀਆਂ ਗੋਸ਼ਟਾਂ ਕਈ ਨੇ ਪੜ੍ਹਨ ਵਾਲੀਆਂ ਬਹੁਤ ਕਮਾਲ ਦੀਆਂ। ਕਹਿੰਦੇ ਸਨ ਐਵੇਂ ਭੁਲੇਖੇ ਵਿੱਚ ਜੀਨੇ ਆ। ਕੱਲ ਜਿਵੇਂ ਇੱਕ ਉਦਾਹਰਨ ਦਿੱਤੀ ਸੀ ਭਾਈ ਸਹਿਜ ਰਾਮ ਜੀ ਦੀ, ਇੱਕ ਮੁਹੰਮਦ ਬਿਨ ਦਿਨਾਰ ਹੋਇਆ ਫਕੀਰ ਦਰਵੇਸ਼। ਇਹ ਕਿਸੇ ਦੇ ਘਰ ਗਿਆ ਤੇ ਜਿਹਦੇ ਘਰ ਗਿਆ ਉਹ ਗ੍ਰਿਸ਼ਟੀ ਵੀ ਦਰਵੇਸ਼ ਸੀ। ਕੱਲ ਨਾਲ ਥੋੜੀ ਜਿਹੀ ਘਟਨਾ ਮਿਲਦੀ, ਉਹ ਵੀ ਦਰਵੇਸ਼ ਸੀ। ਇਹਨੇ ਕਿਹਾ ਮੈਨੂੰ ਰੋਟੀ ਦਿਓ ਖਾਣ ਨੂੰ। ਉਹਨੇ ਰੋਟੀ ਦਿੱਤੀ, ਅਲੂਣੀ ਰੋਟੀ, ਲੂਣ ਨਹੀਂ ਪਾਇਆ। ਤੇ ਉਸ ਫਕੀਰ ਨੇ ਜਿਹਨੇ ਬਾਣਾ ਪਾਇਆ ਸੀ, ਕਹਿਣ ਲੱਗਾ ਥੋੜਾ ਜਿਹਾ ਲੂਣ ਹੈ। ਉਸ ਗ੍ਰਿਸ਼ਤੀ ਦੀ ਬੱਚੀ ਕੁੜੀ ਲੜਕੀ ਸੌਂਦੀ ਸੀ। ਉਹਨੇ ਘਰ ਪਿੱਤਲ ਦਾ ਲੋਟਾ ਪਿਆ ਸੀ, ਬਕਾਲ ਦੀ ਦੁਕਾਨ ਤੇ ਗਈ, ਜਿਹਨੂੰ ਕਰਿਆਨੇ ਵਾਲਾ ਕਹਿ ਲਈਏ, ਦੁਕਾਨ ਤੇ ਜਾ ਕੇ ਲੋਟਾ ਗਹਿਣੇ ਪਾ ਕੇ ਲੂਣ ਲੈ ਕੇ ਆ ਗਈ। ਲੂਣ ਧੁਲ ਦਿੱਤਾ, ਮੁਹੰਮਦ ਬਿਨ ਦਿਨਾਰ ਨੇ ਰੋਟੀ ਖਾਧੀ, ਖਾ ਕੇ ਕਹਿਣ ਲੱਗਾ ਫਕੀਰਾਂ ਨੂੰ ਕੀ ਲੱਗੇ ਸਵਾਦਾਂ ਨਾਲ। ਉਹ ਲੜਕੀ ਅੰਦਰੋਂ ਬੋਲੀ, ਕਹਿਣ ਲੱਗੀ ਨਹੀਂ, ਤੇਰੀ ਥਾਲੀ ਚ ਰੋਟੀ ਪਈ ਸੀ, ਕਾਫਰ ਦੀ ਥਾਲੀ ਵਿੱਚ ਵੀ ਪਈ ਹੋਵੇ ਤੇ ਚੁੱਕੀ ਦੀ ਨਹੀਂ,
ਪਰ ਜਦੋਂ ਤੂੰ ਲੂਣ ਮੰਗਿਆ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੋ ਤੂੰ ਕਿੰਨਾ ਕੁ ਵੱਡਾ ਫਕੀਰ ਹੈ। ਭੁਲੇਖਾ ਹੈ ਅੰਦਰ ਤੇਰੇ ਚਿੰਗ ਪਈ ਹੈ ਅਜੇ ਰਸ ਦੀ। ਉਹ ਲੜਕੀ ਸਾਹਮਣੇ ਆਈ, ਫਕੀਰ ਨੇ ਸਜਦਾ ਕੀਤਾ, ਖਲੋ ਕੇ ਕਹਿਣ ਲੱਗੀ, ਬਾਬਾ 17 ਸਾਲ ਹੋ ਗਏ ਨੇ ਮੇਰੇ ਅੱਬਾ ਨੇ ਕਦੀ ਲੂਣ ਤੇ ਮਿੱਠਾ ਜੀਭ ਨਾਲ ਲਾ ਕੇ ਨਹੀਂ ਦੇਖਿਆ, ਕਿੰਨਾ ਕੁ ਆਪਣੇ ਆਪ ਤੇ ਕਾਬੂ ਪਾਇਆ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਇਹ ਸਾਰੀਆਂ ਚਿਗਾਰੀਆਂ ਨੇ, ਸਿਰਫ ਅੰਦਰ ਦਾ ਭੁਲੇਖਾ ਹੈ। ਬਾਬਾ ਜੀ ਨੇ ਕਿਹਾ ਕਿੱਜ ਨਾ ਬੁੱਝੇ ਕਿੱਜ ਨਾ ਸੁੱਝੇ ਦੁਨੀਆ ਗੁੱਝੀ ਪਾਏ। ਕਹਿਣ ਲੱਗੇ ਸਾਈ ਮੇਰਾ, ਮੇਰੇ ਸਾਈ, ਕਿੰਨਾ ਪਿਆਰਾ ਸ਼ਬਦ ਹੈ, ਸਾਈ ਮੇਰਾ ਹੈ, ਮੇਰੇ ਸਾਈ, ਮੇਰੇ ਖਤਮ, ਮੇਰੇ ਮਾਲਕਾ, ਚੰਗਾ ਕੀਤਾ, ਤੇਰੀ ਕਿਰਪਾ ਦਾ ਸ਼ੁਕਰ, ਚੰਗਾ ਕੀਤਾ, ਮਿਹਰ ਕੀਤੀ ਆ ਫਕੀਰ ਤੇ, ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਨਹੀਂ ਤੇ ਹਮ ਤੀ, ਇੱਥੇ ਪਾਠ ਵੈਸੇ ਵੱਖਰਾ ਵੱਖਰਾ ਕਰ ਦਿੱਤਾ, ਹਮ ਤੀ, ਨਹੀਂ ਤਾਂ ਮੈਂ ਵੀ ਦੱਜਾ ਆਹੇ, ਸ਼ਾਇਦ ਮੈਂ ਵੀ ਇਸ ਅੱਗ ਵਿੱਚ ਸੜ ਜਾਂਦਾ। ਤੁਸੀਂ ਕਿਰਪਾ ਕੀਤੀ, ਇਸ ਫਕੀਰ ਨੂੰ ਬਚਾ ਲਿਆ। ਤੇ ਇਸੇ ਨੂੰ ਬਾਬਾ ਜੀ ਨੇ ਕਹਿ ਕਹਿਣ ਲੱਗੇ, ਵੇਖਣ ਨੂੰ ਮਿੱਠੇ ਫਲ ਨੇ ਪਰ ਅੰਦਰ ਅੱਗ ਹੈ। ਅਸੀਂ ਪੜ੍ਹਨੇ ਆ ਬਚਨ ਬਾਬਾ ਫਰੀਦ ਜੀ ਦੇ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਸਾਈ ਮੇਰਾ ਚੰਗਾ ਕੀਤਾ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਦਾਤਾ ਜਿੱਥੋਂ ਪ੍ਰਮਾਣ ਮੈਂ ਰੋਕਿਆ ਸੀ ਕਿ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਜਦੋਂ ਗੁਰੂ ਜੀ ਵੱਲ ਜਾਣਗੇ ਫਿਰ ਅੱਗ ਬੁੱਝੇਗੀ ਤੇ ਉੱਚੇ ਹੋ ਕੇ ਇੱਕ ਆਵਾਜ਼ ਆਏਗੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਤੇ ਪੰਦੜੀ ਲਾਲੀ ਪੰਥ ਜਲੰਦਰੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਜਦੋਂ ਚਿਣਗਾ ਬੁੱਝਣਗੀਆਂ ਆਵਾਜ਼ ਆਵੇਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਸਾਈ ਮੇਰਾ ਚੰਗਾ ਕੀਤਾ। ਸਾਨੂੰ ਬਾਣੀ ਦੇ ਗਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਾਈ ਮੇਰਾ ਚੰਗਾ ਕੀਤਾ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਸ਼ੀਤਲ ਥੀਵੈ ਨਾਨਕਾ ਸਾਈ ਮੇਰਾ ਚੰਗਾ ਕੀਤਾ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਨਾਮ ਨੂੰ ਜਪਾਂਗੇ, ਸਿਮਰਨ ਕਰਾਂਗੇ, ਵਾਹਿਗੁਰੂ ਕਿਰਪਾ ਕਰਨਗੇ, ਫਿਰ ਇਹ ਚਿੰਗਾਰੀਆਂ ਬੁੱਝਣਗੀਆਂ। ਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਬੁੱਝੀਆਂ ਤੇ ਆਵਾਜ਼ ਦੇ ਕੇ ਕਿਹਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਿਉਂਕਿ ਬੁੱਝੀ ਅੱਗ ਸੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ ਸਾਈ ਮੇਰਾ ਚੰਗਾ ਕੀਤਾ, ਪੰਚ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੇ। ਦਾਤਾ ਜੀ ਮੇਰ ਕਰਨ, ਆਓ ਆਪਾਂ ਵੀ ਜੁੜਨ ਦਾ ਯਤਨ ਕਰੀਏ। ਕੱਲ ਨੂੰ ਅਗਲਾ ਸ਼ਲੋਕ ਹੈ, ਮੈਂ ਤਾਂ ਦੱਸ ਦੇਣਾ ਉਹਨਾਂ ਕਿ ਪਤਾ ਲੱਗੇ ਕੱਲ ਨੂੰ ਕੀ ਅਸੀਂ ਵਿਚਾਰ ਕਰਨੀ। ਜੇ ਜਾਣਾ ਤਿਲ ਥੋੜ ਲੇ, ਜੇ ਤੈਨੂੰ ਪਤਾ ਸਵਾਸਾਂ ਦੇ ਦਾਣੇ ਥੋੜੇ ਨੇ, ਸੰਭਲ ਬੁੱਕ ਭਰੀ, ਵਿਕਾਰਾਂ ਵਿੱਚ ਨਾ ਖਰਾਬ ਕਰ ਦੇਈ, ਸੰਭਲ ਕੇ ਬੁੱਕ ਭਰੀ। ਜੇ ਜਾਣਾ ਸ਼ੌ ਨਦੜਾ ਤਾਂ ਥੋੜਾ ਮਾਲ ਕਰੇ, ਜੇ ਤੈਨੂੰ ਪਤਾ ਮੇਰਾ ਸਾਈ ਮੇਰਾ ਖਸਮ ਮੇਰਾ ਮਾਲਕ ਬਾਲਾ ਭੋਲਾ ਹੈ, ਲੜਾਈਆਂ ਦਾ ਮਾਣ ਨਾ ਕਰੀ, ਕਿਉਂਕਿ ਮਾਣ ਵਾਲੀਆਂ ਵਾਂਝੀਆਂ ਰਹਿ ਜਾਂਦੀਆਂ ਨੇ ਤੇ ਜਿਹੜੀਆਂ ਨਿਰਮਾਣ ਨੇ ਉਹ ਸਾਈ ਦੀ ਖੁਸ਼ੀ ਲੈ ਜਾਂਦੀਆਂ। ਇਹਦੀ ਵਿਚਾਰ ਕੱਲ ਨੂੰ ਹੋਵੇਗੀ। ਆਪ ਜੀ ਬਖਸ਼ੋ ਅਸੀਸ, ਜਿਤਨੇ ਵੀ ਬੈਠੇ ਹੋ ਆਓ ਟਿਕ ਕੇ ਉਚਾਰਨ ਕਰੋ ਜੀ, ਵਾਹੇ ਗੁਰੂ 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 ਵਾਹੇ।